ना भाई रात तक लेटे हो गया अनु है। हाँ भाई लेट तो होना ही सीगा, फिर हम की करें, संस्कार ही लेट होएगा। अच्छा मेरे बारे तो नहीं तू कुछ कहंदे हो? तेरे बारे बस एक भी गाला नहीं कढ़ियां, कहंदे सी क्यों नहीं आई, हो सारे कहंदे सी, सारे रिश्तेदार कहंदे सीगे तेरा जान दा हक सीगा। मैं भी तेनू कहा भाई भग जा मरे खपे तो जाते होंगे, चल खुशी दे विच ना जाओ, एडी किडी गल हुई भी सी। भाई तू भी ओही गल्लां करी जांदा, जद भूआ ने कदे मैनू अपनी भतीजी मन्निया ही नहीं थी, मैं केड़ा मुंह लैके जांदी, कदे मेरे आके नहीं खड़ी ओह दुख सुख दे विच, हुण मैं की करन जाणा सीगा। ओह किते मुंह लैके जावेगी भी, भरजाई नाल तू नहीं बना के रखदी गी, भूआ नाल तेरी नहीं बनदी, घट्टो घट्ट आपदी नणद नाल तां बना के रख ला, ओहदे नाल तेरी नहीं बनदी, बनदी है किहदे नाल तेरी? भाई मेरी गल सुन ला, हुण तू भी भरजाई दे पिछे ही लग्या होया, ता ही तू मैनू माड़ा बोली जाना हर टाइम, हुण तेनू भी मैं चंगी नहीं लगदी हैगी। हाँ हुण बस मेरे नाल मूंह बिंगा करके बग जी, मैं ही रहना कल्ला आउण जाण वाला, कल्ली रह के राजी आ, कल्ली रहा कर। चल ठीक आ, नाले मेरी गल सुन, तेनू भाभी ने कुछ दस्या भी की गल होई आ कल तेरे गए तो बाद? मैं केड़ी गल सुन ली, सिर मेरा दुखी जांदा, रात आके पै गया हजे तक हटिया नहीं सिर, तेनू पता उत्थे हुण कामा रोली पैंदी हुंदी आ, मरे खपे च किथे रोट आउंदा हुंदा गा। ਨਾਲੇ ਹੋ ਆਇਆ ਤੀਗਾ ਲਾਪਰੀ ਦਾ ਮਾਮਾ, ਗਏ ਤੀਗੇ ਉੱਥੇ ਸਹੁਰੇ ਉਹਦੇ, ਗੱਲਬਾਤ ਕਰਨ ਗਿਆ ਤੀ, ਮੈਨੂੰ ਲੈ ਗਿਆ ਨਾਲ। ਚਲ ਉਹ ਤਾਂ ਵਿਚਾਰਾ ਆ ਹੀ ਗਿਆ, ਫੇਰ ਵੀ ਬਸ਼ਰਮ ਜੀ ਧਾਨ ਕੇ, ਤੂੰ ਤਾਂ ਬਥੇਰੀ ਕੋਈ ਕਸਰ ਨਹੀਂ ਸੀ ਛੱਡੀ, ਤਾਂ ਮੈਂ ਇੱਥੋਂ ਵੀ ਪੁੱਠਾ ਸਿੱਧਾ ਬੁਲਾ ਦਿੱਤਾ ਸੀ ਉਹਦੇ। ਅੱਛਾ ਹੁਣ ਸਾਰਾ ਕਸੂਰ ਮੇਰਾ ਹੀ ਆ ਹੈ, ਜਦ ਤਾਂ ਤੂੰ ਵੀ ਨਾਲੇ ਤੀ ਵਿਆਹ ਨੂੰ, ਤਾਂ ਉਹਨੂੰ ਕੱਢਣ ਦੇ ਵਿੱਚ ਹੁਣ ਸਾਰਾ ਇਲਜ਼ਾਮ ਮੇਰੇ ਤੇ ਹੀ ਲਾਈ ਜਾਓ ਵੀ ਮੈਂ ਹੀ ਮਾੜਾ ਕਰਿਆ। ਉਹ ਮੈਂ ਤਾਂ ਆਪ ਕਹਿੰਦਾ ਦਿਮਾਗ ਤਾਂ ਮੇਰਾ ਫਿਰਿਆ ਹੋਇਆ ਸੀਗਾ, ਤੇਰੇ ਮਗਰ ਲਾ ਕੇ ਨਾ ਕੁੜੀ ਦਾ ਰਿਸ਼ਤਾ ਕੀਤਾ, ਨਾ ਆਪਦੇ ਰਿਸ਼ਤੇਦਾਰਾਂ ਨੂੰ ਟੁੱਟਿਆ, ਤੂੰ ਤਾਂ ਹਰੇਕ ਨਾਲ ਟੁੱਟ ਜਾਣ ਦੀਆਂਗੀ, ਗਾਹ ਦੂਜਿਆਂ ਨੂੰ ਵੀ ਤੋੜੀ ਜਾਂਦੀ ਹੈ। ਤੋੜਨ ਨੂੰ ਮੈਂ ਕਿਹੜਾ ਕੋਈ ਪਾਗਲ ਹਾਂ, ਨਾਲੇ ਮੇਰੀ ਗੱਲ ਸੁਣ ਲਾ, ਮੈਂ ਤਾਂ ਆਹ ਕੁੜੀ ਨੂੰ ਨਾ ਉੱਥੇ ਤੋਰ ਕੇ ਨਿਬੇੜ ਕੇ ਤੁਹਾਡਾ ਮੈਂ ਚਲੇ ਜਾਣਾ, ਮੁੜ ਕੇ ਮੈਂ ਵੀ ਨਹੀਂ ਆਉਂਦੀ ਤੁਹਾਡੇ ਕੋਲ, ਆਹ ਪੂਰੇ ਵੀ ਛੱਡੇ ਦੇਣਾ ਮੈਂ ਆਉਣਾ। ਕਿੱਧਰ ਨਿਬੇੜ ਕੇ ਕੀ ਨਿਬੇੜ ਕੇ, 4 ਦਿਨ ਹੋਇਆ ਹੀ ਨਿਬੜ ਜੂਗਾ, ਮੈਂ ਬੁਲਾਊਂਗਾ ਬਾਈ ਨੂੰ, ਫਿਰ ਮੈਂ ਕਰੂੰਗਾ ਗੱਲ ਉਹਦੇ ਨਾਲ, ਜਾਂ ਮੈਂ ਜਾ ਕੇ ਆਊਂਗਾ, ਫਿਰ ਐਂ ਨਿਬੜ ਜਾਂਦਾ ਹੁੰਦਾ ਗਾ। ਫੋਨ ਕਰਨ ਦੀ ਕੋਈ ਲੋੜ ਨਹੀਂ, ਉਹ ਤਾਂ ਕੱਲ੍ਹ ਕਹਿ ਕੇ ਗਿਆ ਬਾਈ ਆਊਗਾ ਅੱਜ, ਜੇ ਅੱਜ ਨਹੀਂ ਹਰਦੀਪ ਆਇਆ ਤਾਂ ਮੈਂ ਸਵੇਰੇ ਆ ਕੇ ਗੱਲ ਕਰ ਲੂੰਗਾ। ਚੱਲ ਇਹ ਵੀ ਗੱਲ ਠੀਕ ਆ, ਉਸੇ ਦੇ ਮੂੰਹੋਂ ਸੁਣੂੰਗਾ, ਇਹ ਤਾਂ ਐਵੇਂ ਬੋਲੀ ਜਾਂਦੀ ਹੈਗੀ ਹੁਣ, ਜਿੱਧਰੋਂ 4 ਸਿੱਲੜ ਮਿਲ ਜਾਂਦੇ ਆ ਲੱਗ ਜਾਂਦੀ ਆ ਬੋਲਣਾ। ਮੈਂ ਹੀ ਮਾੜੀ ਲੱਗਦੀ ਹਾਂ ਹੁਣ ਤੁਹਾਨੂੰ, ਉਹੀ ਮਾਮਾ ਹੁਣ ਤੁਹਾਨੂੰ ਚੰਗਾ ਲੱਗਦਾ ਜਿਹੜਾ ਖਾਲੀ ਹੱਥ ਆ ਕੇ ਇੱਥੇ ਵਿਆਹ ਨੂੰ ਬਹਿ ਗਿਆ ਸੀਗਾ, ਹੁਣ ਭੂਆ ਮਾੜੀ ਲੱਗਦੀ ਆ। ਤੇਰੇ ਵਾਲਾ ਵੀ ਕੈਂਠਾ ਦੇਖ ਲਿਆ ਸੀ ਅਸੀਂ ਵੀ, ਕਿੰਨਾ ਕੁ ਭਾਰੀ ਲੈ ਕੇ ਆਈ ਸੀ ਤੂੰ, ਨਾਲੇ ਖਾਲੀ ਹੱਥ ਆਉਣ ਨੂੰ ਉਹਨੂੰ ਕਿਹੜਾ ਵਿਆਹ ਦੀ ਗੰਢ ਦਿੱਤੀ ਸੀਗੀ, ਤੁਰਤ ਪੈਰ ਤੇ ਤਾਂ ਬੁਲਾਇਆ ਸੀ ਆਪਾਂ। ਜੇ ਤੁਸੀਂ ਆਹ ਕਲੇਸ਼ ਕਰ ਕਰਕੇ ਵਿਆਹ ਕੀਤਾ ਸੀ ਤਾਂ ਹੀ ਆਹ ਕੁਛ ਹੋ ਗਿਆ, ਕਰ ਲਓ ਹੁਣ ਮਾਮੇ ਤੋਂ ਹੀ ਕਰਾ ਲਿਓ ਜਿਹੜਾ ਕੁਛ ਕਰਾਉਣਾ। ਅਸੀਂ ਤਾਂ ਜਰੂਰ ਕਲੇਸ਼ ਕੀਤਾ, ਬੋਲੀ ਜਾਂਦੇ ਨੇ ਤੇਰੇ ਮਗਰ ਲਾ ਕੇ, ਨਾ 10 ਲੱਖ ਰੁਪਇਆ ਦੇਤਾ, ਨਾਲੇ ਜ਼ਿੰਦਗੀ ਕੁੜੀ ਦੀ ਖਰਾਬ ਕਰਤੀ, ਹੁਣ ਕਾਹਨੂੰ ਇਹ ਪੈਰਾਂ ਦੇ ਪਾਣੀ ਪੈਣ ਦਿੰਦੀ ਹੈਗੀ, ਹੁਣ ਤਾਂ ਹੁਣ ਵੀ ਆਪਦੀ ਚਲਾਊਗੀ ਇਹ। ਆਪਦੀ ਚਲਾਊਗੀ, ਚਲਾਈ ਖੜੀ ਆਪਦੀ, 4 ਮਾਰਾਂਗੇ ਗੁੱਦਣੀ ਚ, ਕੋਈ ਨਾ ਮੈਨੂੰ ਕਹਿੰਦਾ ਬਾਈ ਨੂੰ ਗੱਲ ਪੁੱਛਣ ਦੇ ਵੀ ਕੀ ਗੱਲਬਾਤ ਹੈਗੀ। ਮੈਂ ਵੀ ਤੈਨੂੰ ਆਈ ਕਹਿੰਦੀ ਹਾਂ ਵੀ ਬਾਈ ਨੂੰ ਆ ਜਾਂਦੇ ਉਹਦੇ ਨਾਲ ਗੱਲਬਾਤ ਕਰਕੇ ਫੇਰ ਕੋਈ ਫੈਸਲਾ ਲਈ। ਕੋਈ ਨਾ ਫੈਸਲਾ ਹੁਣ ਇਹਦੇ ਸਿਰ ਤੇ ਨਹੀਂ ਛੱਡਣਾ ਹੈਗਾ, ਉਹ ਤਾਂ ਆਪਾਂ ਦੇਖਣਾ ਵੀ ਕੀ ਕਰਨਾ ਗਾ, ਬਥੇਰਾ ਕੁਛ ਕਰਕੇ ਪਹਿਲਾਂ ਵੇਖ ਲਿਆ। ਚੱਲ ਆਇਆ ਜੀ ਅਸੀਂ ਜਾ ਪੀ ਕੇ ਜਾਈ। ਨਾ ਜਾਨੀ ਆ ਕਰੇ, ਆ ਜਾ 2 ਮਿੰਟ ਨਾਲ, ਤੂੰ ਕੀ ਕਰਨਾ ਹੈ ਘਰੇ ਜਾ ਕੇ, ਤੂੰ ਬੇਲੀ ਬੇਲੀ ਐ, ਆ ਜਾ। ਸਤਿ ਸ਼੍ਰੀ ਅਕਾਲ ਚਾਚਾ। ਸਤਿ ਸ਼੍ਰੀ ਅਕਾਲ ਪੁੱਤ, ਕਿੱਧਰ ਜਾਇਆ ਏ? ਪਾਪਾ ਵੋਟ ਪਾ ਕੇ ਆਏ ਸੀ। ਅੱਛਾ ਚਲ ਆ ਤਾਂ ਵਧੀਆ ਹੋ ਗਿਆ, ਸੁਨੇਹਾ ਨਿਬੜਿਆ, ਫਿਰ ਤਾਂ ਭੀੜ ਭੜੱਕਾ ਹੋ ਜਾਂਦਾ। ਹਾਂ ਚਾਚਾ। ਅੱਛਾ ਜੱਸੀ ਪੁੱਤ ਵੀ ਫਿਰ ਵੋਟ ਪਾਉਣ ਆ ਗਿਆ ਹੈ? ਹਾਂ ਚਾਚਾ, ਇਹ ਤਾਂ ਕੱਲ ਦੀ ਆ ਰਹੀ ਆ ਪਾਪਾ। ਅੱਛਾ ਚਲ ਵਧੀਆ, ਵੋਟ ਦੇ ਬਹਾਨੇ ਮਿਲ ਗਈ ਹੈ। ਹਾਂ ਚਾਚਾ ਚਲ ਵਧੀਆ। ਹੋਰ ਸੱਚ ਪਾਪੇ ਨੂੰ ਕਿਹੜਾ ਪਤਾ ਤੂੰ ਕਿਵੇਂ ਆਈ ਹੋਈ ਹੈ? ਪਾਪਾ ਤੁਹਾਨੂੰ ਮਾਂ ਨੇ ਨਹੀਂ ਕੋਈ ਗੱਲ ਦੱਸੀ ਹੈਗੀ ਜੱਸੀ ਬਾਰੇ ਕੱਲ? ਨਾ ਪੁੱਤ, ਮੈਨੂੰ ਤਾਂ ਤੇਰੀ ਮਾਂ ਨੇ ਕੁਛ ਦੱਸਿਆ ਨਹੀਂ, ਬਾਕੀ ਮੈਂ ਆ ਹੀ ਨਹੀਂ ਰਹੀ ਸੀਗਾ, ਆ ਕੇ ਸੌਂ ਗਿਆ, ਸੁੱਖ ਤਾਂ ਹੈ? ਖੈਰ ਤਾਂ ਪਾਪਾ ਬਸ ਹੁਣ ਜਿਹੋ ਜਿਹੀ ਮੇਰੇ ਸਹੁਰਿਆਂ ਵੱਲ ਸੀ ਉਹੀ ਜੀ ਜੱਸੀ ਦੇ ਸਹੁਰਿਆਂ ਵੱਲ ਹੈ। ਕਿਉਂ ਕੀ ਹੋ ਗਿਆ ਕੁੜੀਏ, ਸੁੱਖ ਤਾਂ ਹੈ ਪੁੱਤ, ਦੱਸੋ ਕੁਛ, ਬੁਝਾਰਤਾ ਨਾ ਪਾਓ। ਸੁੱਖ ਤਾਂ ਕੁਛ ਨਹੀਂ ਹੈਗੀ ਪਾਪਾ, ਤੁਹਾਨੂੰ ਮਾਂ ਨੇ ਦੱਸਿਆ ਨਹੀਂ ਹੈਗਾ ਇਸ ਕਰਕੇ ਵੀ ਤੁਸੀਂ ਕਿਉਂ ਚਲ ਚਿੰਤਾ ਕਰਨੀ ਹੈ, ਪਰ ਅਸੀਂ ਵਕੀਲ ਕੋ ਕੇ ਕਰਾਂਗੇ,
पता तो आखिर खर तुहानू लग ही जाऊगा। कल इत्थे बहुत जुलूस निकलिया, ताया भी बेचारा आया सी भूआ नाल लड़न वास्ते। जस्सी दे घर वाला पहला कितने व्याहया होया सी ते उसे तीमी नू घरे रखी बैठा। पहला व्याहया होया सी, इहनू पता नहीं सी चंडेल नू? फिर सब कुछ पता सी, जान बुझ के करवाया सारा कुछ। कुड़ियां बेचदी है, ये सौदे करदी है कुड़ियां दे। है कित्थे इह? ओ गुड्डी इधर मारा के। पापा भूआ नू बुलाउण दा की फायदा, इहदे नाल बहुत कुत्ते खाणी कीती है हुण। गलती क्यों मन्नण दी की गल हैगी? इत्थे करदा कंध झाड़ मेरी उरे, ओ सुणदा नहीं कुड़ीए तैनू? जिंदगी बर्बाद करती, कोई घर तां छड्ड दिया कर। बस वीर मैं तां हुण कुछ बोलना ही नहीं, पहला तां तू अपने आई दे पिछे लगा ते आने भी ला लिया गल्लां च तैनू। हां लगे आपदी गलती ना मन्नी भूआ, तू करके तां इक आईयां ने, इक आ करके आईयां ने होर। ਭੂਆ ਆਪੇ ਮਾੜੀ ਆ, ਮੈਂ ਤਾਂ ਅੱਖੀਂ ਦੇਖ ਲਿਆ। ਪਹਿਲਾਂ ਤਾਂ ਮੈਨੂੰ ਨਹੀਂ ਯਕੀਨ ਸੀਗਾ, ਦੋ ਰਿਸ਼ਤੇ ਕਰਾਏ ਆ, ਦੋਨੇ ਡੋਬਤੀਆਂ ਕੁੜੀਆਂ, ਹੋਰ ਪਤਾ ਨਹੀਂ ਕਿੰਨੇ ਕਿਤੇ। ਤੂੰ ਆਪਦੀਆਂ ਭਤੀਜਾਂ ਦੀ ਨਹੀਂ ਹੋ ਸਕੀ, ਕਿਸੇ ਦੀ ਕੀ ਲੱਗਦੀਆਂ ਤੂੰ? ਚੱਲ ਠੀਕ ਆ ਵੀਰ, ਮੇਰੇ ਨਾਲ ਨਾ ਭਾਈ ਜ਼ਿਆਦਾ ਬੋਲੋ ਹੁਣ। ਹਾਂ ਦੱਸ ਹੱਕਾਂ ਕਾਤੇ ਮਾਰਦਾ ਤੀ ਮੈਨੂੰ? ਜਿਹੜੀ ਮੈਂ ਕਰਨੀ ਕੰਮ ਦੀ ਕਰ ਲਾ, ਨਹੀਂ ਮੈਂ ਤਾਂ ਨਹੀਂ ਇਹਨਾਂ ਨਾਲ। ਮੈਂ ਥੱਪੜ ਮਾਰੂੰ ਹੁਣ ਬਣਾ ਦੂੰ ਗੱਲ। ਇਹ ਗੱਲ ਕੰਮ ਦੀ ਹੈ ਹੀ ਨਹੀਂ ਭੂਆ। ਹਾਂ ਆ ਕੀ ਆ ਹੋਰ? ਬਸ ਕਰ, ਆ ਕੁੜੀ ਤਾਂ ਜ਼ਿਆਦਾ ਹੀ ਆ, ਕੱਲ ਵੀ ਮੇਰੇ ਗੱਲ ਨੂੰ ਆਉਂਦੀ ਸੀ। ਲੈ ਕੁੜੀ ਤੂੰ ਮੈਨੂੰ ਕਿਵੇਂ ਮਾਰਨਾ ਨਹੀਂ? ਕੋਟ ਕੋਟ ਲਾ ਕੇ ਮਾਰ ਰਹੇ ਨੂੰ? ਹੱਕਾ ਹੱਕਾ ਟੰਗ ਦੇ ਉਹਨੂੰ, ਉੱਥੇ ਫਾਹੇ ਦੇ ਦਿਓ। ਅੱਜ ਮੈਂ ਛੱਡ ਦੂੰਗੀ ਤੈਨੂੰ, ਮਾਰ ਦੀਆਂ ਗੱਲਾਂ ਆਹੀ ਲੱਛਣ ਕਰਦੀਆਂ ਤੀ ਸਾਰੇ। ਤੈਨੂੰ ਪਤਾ ਨਹੀਂ ਸੀ, ਤੈਨੂੰ ਪਤਾ ਨਹੀਂ ਸੀ ਹੈ ਵੀ ਇਹ ਉਹ ਵਿਆਹ ਹੈ ਪਹਿਲਾਂ? ਪਤਾ ਸੀ ਤੈਨੂੰ ਸਾਰਾ, ਤੂੰ ਦਲਾਲੀ ਕਰਦੀਆਂ ਕੁੜੀਆਂ ਦੀ, ਸਿੱਧੀ ਕਹਿ ਦੇ। ਮੈਨੂੰ ਨਹੀਂ ਪਤਾ ਤੁਸੀਂ ਉਹ ਰਿਸ਼ਤੇ ਕਰਾ ਕੇ ਆਈਆਂ ਹੋਏ ਕਿ ਉਹ ਪਹਿਲਾਂ ਜਿਹੜੀਆਂ ਕਰਦੀਆਂ ਗੱਲਾਂ। ਦੇਖ ਲਾ ਮਾਵਾ ਨੇ ਬੋਲਦੀ ਕਿਵੇਂ, ਕਾਹਨੂੰ ਗੱਲਾਂ ਤੇ ਆਉਣ ਦਿੰਦੀ ਐ ਇਹ? ਖਾਣੀ ਤਾਂ ਤੂੰ ਖਾ ਹੈਗੀ ਐ ਪੈਸੇ, ਬਸ ਤੂੰ ਵੀ ਆ ਜਾ ਜੇਬਾਂ ਚ ਫਾੜੇ ਆਉਂਦੇ ਚਲੇ ਜਾਨੀ ਆ। ਐ ਚਲੇ ਜਾਨੀ ਆ, ਤੈਨੂੰ ਮੈਂ ਤੋਰੂੰਗਾ, ਖੜ ਜਾ ਹਜੇ ਤੇਰੇ ਰਗਾ ਜੋ ਚੋ ਕੱਢਣਾ ਸੱਚ ਤੇਰੇ ਨਾਲ ਦੁਪਹਿਰ ਤੱਕ ਬਣਦਾ ਕੀ ਐ ਤੂੰ ਇਹ ਦੇਖੀ, ਚੱਕੀ ਪਿਸੇਂਗੇ ਜੇਲ੍ਹ ਚ, ਦੇਖੀ ਤੈਨੂੰ ਫੇਰ ਲੱਗੂਗਾ ਪਤਾ। ਦੇਖ ਲੂੰਗੀ ਕਰਨਾ ਜਿਹੜਾ ਕੁਝ ਕਰ ਲਓ ਤੁਸੀਂ, ਜਿਆਦਾ ਹੀ ਬੋਲੀ ਜਾਂਦੀਆਂ ਨੇ, ਮੈਂ ਫੇਰ ਨਹੀਂ ਬੋਲਦੀ, ਕੋਈ ਗੱਲ ਨਹੀਂ। ਮੈਂ ਨਹੀਂ ਬੋਲਦੀ ਨਹੀਂ, ਤੂੰ ਇਹਨਾਂ ਦੀ ਜ਼ਿੰਦਗੀ ਬਰਬਾਦ ਕਰਦੀ ਐ, ਬੋਲਣ ਵੀ ਨਾ। ਹਲੇ ਬੋਲਦੀ ਨਹੀਂ, ਦੇਖੋ ਚੁੱਪ ਖੜੀ ਐ ਵਿਚਾਰੀ। ਜ਼ਿੰਦਗੀ ਨੂੰ ਪਤਾ ਨਹੀਂ ਕੀ ਐ, ਸੂਲੀ ਟੰਗਤੀਆਂ, ਚਾਰ ਚਾਰ ਦਿਨ ਨਹੀਂ ਰਹਿ ਹੋਏ ਆ, ਚਾਰ ਦਿਨ ਚ ਪਤਾ ਨਹੀਂ ਕੀ ਰਹਿ ਲੈ ਸਾਡੇ ਨਾਲ ਤੇ ਜਾ ਕੇ, ਤੂੰ ਰਹਿ ਲੈ। ਮੈਂ ਤਾਂ ਰਹੀ ਆ, ਮੈਂ ਤਾਂ ਕੱਟੀਆਂ ਨੇ ਔਖੀਆਂ ਸੌਖੀਆਂ ਸਾਰੀਆਂ। ਤੇਰੇ ਵਰਗਾ ਨਹੀਂ ਭਾਲਿਆ ਸੀ ਅਸੀਂ, ਅਸੀਂ ਭਲੇ ਮਾਨਸ ਬੰਦੇ ਭਾਲੇ ਸੀ, ਉਹਨਾਂ ਨੂੰ ਵੀ ਸੂਲੀ ਟੰਗਤਾ ਜਾ ਕੇ ਤੂੰ। ਐ ਕਰਦੇ ਆ, ਹਾਂ ਐ ਕਰਦੇ ਆ, ਜਿਹੜੇ ਮੁੰਡੇ ਨਾਲ ਤੁਸੀਂ ਮੇਰਾ ਵਿਆਹ ਕਰਾਇਆ ਸੀ, ਨਾਲੇ ਉਹਦੀ ਇੱਜ਼ਤ ਰਹਿ ਜੂਗੀ, ਤੁਹਾਡੀ ਕੁੜੀ ਦਾ ਸਾਥ ਕਰ ਦੋ ਉਹਨੂੰ। ਹਾਂ ਵਧੀਆ ਗੱਲ ਹੈ, ਕਾਹਦੇ ਕਰੂੰ? ਹਾਂ ਕਿਉਂ ਕਰਦੇ ਕਹਿਨੀ ਹੂੰ, ਕਿਉਂ ਕੀ ਗੱਲ ਆਪਣੀ ਤਾਂ ਕਿਉਂ ਨਹੀਂ ਕਰਦੀ ਫਿਰ ਤੂੰ? ਚਲ ਠੀਕ ਆ, ਮੈਂ ਤੇਰੀ ਜ਼ਿਆਦਾ ਬੋਲ ਹੁੰਦਾ, ਜ਼ਿਆਦਾ ਬੋਲ ਹੁੰਦਾ ਹੁਣ ਭਾਈ ਦੀ ਕਦੋਂ ਇੱਧਰ ਆ ਜਾਣਾ? ਉਹ ਕਹਿਣਾ ਤਾਂ ਮੈਂ ਨਹੀਂ ਸੀਗਾ ਇਹਾ ਜੀ ਉਹਨੂੰ ਮਿਲੂਗਾ ਜਦੋਂ ਲੋਕਾਂ ਦੇ ਘਰ ਪੱਟਿਆ, ਸਾਡੀਆਂ ਤਾਂ ਦੋ ਰਿਸ਼ਤੇ ਦੇਖੇ ਅਸੀਂ ਤਾਂ। ਕੀ ਮਿਲੂਗਾ ਪਾਪਾ, ਵਿਆਹੇ ਹੋਏ ਨਾਲ ਤਾਂ ਖੇ ਖਾਂਦੀ ਫਿਰਦੀ ਆ, ਸੁਣੂਗੀ ਫਿਰ ਮੈਥੋਂ ਖੇ ਖਾਂਦੀ ਫਿਰਦੀ ਆ। ਚੁੱਪ ਕਰ ਪੁੱਤ, ਐ ਨਹੀਂ ਬੋਲੀ ਦਾ ਹੁੰਦਾ, ਸ਼ਰਮਣੀ ਜਮਾ ਜਨਾਨੀ ਨੂੰ ਇਹਨੂੰ। ਆ ਜਾ ਤਰ, ਚਲੋ ਪੁੱਤ ਕੋਈ ਨਾ ਕਰਦੇ ਆ ਗੱਲ, ਆਪਾਂ ਆ ਜਾਓ। ਆ ਜਾ, ਅਸੀਂ ਤਾਂ ਹੁਣ ਮਸਾ ਆਈਏ ਬਾਰੀ ਵੋਟ ਪਾਉਣ ਗਏ ਸੀਗੇ। ਚਲ ਪਾਇਆ ਨਹੀਂ, ਮੈਂ ਤਾਂ ਘਰੇ ਜਾਨੀ ਆ ਲਾਪਰੀ ਤੋਂ, ਫੇਰ ਮੱਥੇ ਲੱਗੂਗੀ। ਤੂੰ ਉਹਦੇ ਖਾਤਰ ਥੋੜੀ ਰਹਿਣਾ ਇੱਥੇ ਪਾਗਲ, ਚੱਲ ਤੂੰ ਇੱਥੇ ਰਹਿ, ਤੇਰਾ ਮਾਮਾ ਆਊਗਾ ਹੁਣ। ਮਾਮਾ ਦੁਬਾਰੇ ਕਾ ਤੂੰ ਆਊਗਾ, ਅੱਜ ਕੱਲ ਜਾ ਕੇ ਗਏ ਨੇ, ਹਲੇ ਉੱਥੇ ਗਏ ਸੀ। ਲੈ ਤੇਰੇ ਡੈਡੀ ਨਾਲ ਗੱਲ ਨਹੀਂ ਹੋਈ ਸੀ ਤੇ ਉਹਨਾਂ ਦੀ, ਉਹ ਆਊਗਾ ਤਾਂ ਫਿਰ ਉਹਦੇ ਨਾਲ ਗੱਲ ਕਰੂਗਾ ਕਿ। ਮਾਂ ਜਦੋਂ ਮੈਂ ਉੱਥੇ ਜਾਣਾ ਹੀ ਨਹੀਂ ਹੈਗਾ, ਤੁਸੀਂ ਕਿਉਂ ਵਾਰ-ਵਾਰ ਉਹੀ ਪਹਿਲੀਆਂ ਪਾਈ ਜਾਂਦੇ ਹੋ? ਮੈਂ ਤੈਨੂੰ ਉੱਥੇ ਨਹੀਂ ਭੇਜਦੀ, ਪਰ ਤੇਰੇ ਪਿਓ ਨਾਲ ਤਾਂ ਗੱਲ ਕਰ ਲਈਏ ਇੱਕ ਵਾਰੀ। ਕਿਸੇ ਕੋਲੇ ਅੱਗੇ ਗੱਲ ਨਾ ਕਰੀ, ਤੂੰ ਦੇਖੀ ਨਾ ਤਾਂ ਦੁਪਹਿਰ ਤੱਕ ਬਣਦਾ ਕੀ ਹੈ। ਮੇਰਾ ਤੇ ਜੱਸੀ ਦਾ ਕੰਮ ਹੈ ਇਹ, ਬਸ ਸਾਡੇ ਤੇ ਛੱਡ ਦੇ। ਜੇ ਇਹਦੇ ਮੂੰਹੋਂ ਇੱਕ ਇੱਕ ਸੱਚਾਈ ਨਾ ਉਗਲਵਾਈ ਉਹਨਾਂ ਨੇ, ਇਹ ਵੀ ਕੀ ਯਾਦ ਰੱਖੂਗੀ ਜਿਹੜੀ ਵੱਡੀ ਭੂਆ ਬਣੀ ਫਿਰਦੀ ਹੈ ਵਿਚੋਲਣ। ਚੱਲ ਕੋਈ ਨਹੀਂ, ਇਸ ਕੰਮ ਤੇ ਪੈਰ ਤੇ ਪਾਣੀ ਨਹੀਂ ਪੈਣ ਦਿੰਦੀ ਹੈਗੀ। ਮੈਂ ਵੀ ਤੁਹਾਡੇ ਦੋਨਾਂ ਦੇ ਨਾਲ ਆ। ਪੈਰ ਤੇ ਪਾਣੀ, ਇਹਨਾਂ ਤਾਂ ਪਾਣੀ ਚ ਡਬੋ ਡਬੋ ਕੁੱਟਣਗੇ ਅਗਲੇ। ਹੁਣ ਤਾਂ ਭੱਜੀ ਫਿਰੂਗੀ। ਚੱਲ ਆ ਜਾ, ਰੋਟੀ ਪਾਣੀ ਖਾ ਲਓ, ਸਵੇਰ ਦੀਆਂ ਗੱਲਾਂ ਹੁਣ। ਚੱਲ ਆ ਜਾ ਜੱਸੀ, ਨਾਲੇ ਆਪਾਂ ਕਿਸੇ ਪਿੱਛੇ ਆਪਣੀ ਜ਼ਿੰਦਗੀ ਕਿਉਂ ਖਰਾਬ ਕਰਨੀ ਹੈ? ਹੈਂ ਦੱਸ, ਪਤਾ ਹੁੰਦਾ ਹੀ ਹੈ ਫਿਰ ਵੀ। ਚੱਲ ਕੋਈ ਨਾ, ਬਾਈ ਬਹਾਲ। ਪਹਿਲਾਂ ਤਾਂ ਮੈਂ ਮਾਫੀ ਚਾਹੁੰਦਾ ਸੀ, ਦੇਖੋ ਤੋ ਭੈਣ ਵਾਂਗਰ ਲਾ ਕੇ ਥੋੜਾ ਜਿਹਾ ਉੱਚਾ ਨੀਵਾ, ਥੋੜਾ ਜਿਹਾ ਕੀ ਪੂਰੇ ਉੱਚਾ ਨੀਵਾ ਬੋਲ ਗਿਆ। ਉਹ ਸਰਦਾਰ ਜੀ, ਤੁਸੀਂ ਮਾਫੀ ਨਾ ਮੰਗੋ, ਕੋਈ ਗੱਲ ਨਹੀਂ, ਉਦੋਂ ਹਾਲਾਤ ਇਹੋ ਜਿਹੇ ਸੀ, ਤੇ ਨਾਲੇ ਤੁਹਾਡਾ ਫਿਰ ਵੀ ਖੂਨ ਹੈ ਭੈਣ ਤੁਹਾਡੀ, ਉਹਦੀ ਵੀ ਮੰਨਣੀ ਪੈਂਦੀ ਹੈ, ਕੋਈ ਗੱਲ ਨਹੀਂ। ਖੂਨ ਤਾਂ ਹੈਗਾ, ਪਰ ਮੈਨੂੰ ਐਂ ਨਹੀਂ ਸੀ ਨਾ ਪਤਾ ਵੀ ਇਹ ਵਿੱਚ ਚਿੱਟਾ ਖੂਨ ਤੁਰਿਆ ਫਿਰਦਾ ਗਾ। ਗੱਲਾਂ ਤਾਂ ਉਹੀ ਹੁੰਦੀਆਂ ਨੇ, ਮੈਂ ਬਥੇਰਾ ਕਿਹਾ, ਬਥੇਰਾ ਪਿੱਟਿਆ ਵੀ ਇਹ ਮੈਨੂੰ ਬੰਦੇ ਠੀਕ ਨਹੀਂ, ਮੈਨੂੰ ਬੰਦੇ ਠੀਕ ਨਹੀਂ ਲੱਗਦੇ। ਦੇਖ, ਚਾਹੇ ਤੁਹਾਡੀ ਸਗੀ ਭੈਣ ਹੈ, ਪਰ ਖਰੀ ਗੱਲ ਮੈਥੋਂ ਮੂੰਹ 'ਚੋਂ ਨਿਕਲ ਜਾਂਦੀ ਹੈ। ਮੈਂ ਪਹਿਲਾਂ ਹੀ ਗੱਲ ਪਕੜ ਲਈ ਸੀ ਵੀ ਇਹ ਨਾ
ਵਿੱਚੋਂ ਕਿਸੇ ਦਾ ਖਾਣ ਪੀਣ ਹੈਗਾ। ਕੀ ਕਹਿ ਸਕਦਾ, ਕਿਸੇ ਦੇ ਦਿਲ ਨੂੰ ਕੋਈ ਨਹੀਂ ਬੁੱਝ ਸਕਦਾ। ਆਪਾਂ ਵਿਸ਼ਵਾਸ ਕਰ ਲਿਆ ਪਰ ਮੈਨੂੰ ਘਰ ਬਾਰ ਵਧੀਆ ਲੱਗਿਆ। ਚੱਲ ਛੱਡ, ਤੂੰ ਪਹਿਲਾਂ ਸੱਚ ਮੈਂ ਭਾਈ ਤੈਨੂੰ ਕਹਿਣਾ ਭੁੱਲ ਗਿਆ, ਤੂੰ ਮੈਨੂੰ ਐਂ ਦੱਸ ਭੂਆ ਕਿ ਮੈਂ ਬਿਮਾਰ ਬਮੂਰ ਸੀ। ਭੂਆ ਤਾਂ ਬਿਮਾਰ ਹੀ ਸੀ ਵਿਚਾਰੀ, ਇੱਕ ਉਮਰ ਵਾਹਵਾ ਹੋ ਗਈ ਸੀ ਨਾ। ਅੱਛਾ ਰਾਤ ਤਾਂ ਫਿਰ ਚਲੋ ਭਾਈ, ਫਿਰ ਉਮਰ ਦੇ ਹਿਸਾਬ ਨਾਲ ਤਾਂ ਸਾਰਿਆਂ ਨੇ ਜਾਣਾ। ਅੱਛਾ ਮੈਂ ਤੈਨੂੰ ਦੱਸਦਾ, ਮੈਂ ਪ੍ਰੀਤ ਦੇ ਸਹੁਰੀ ਗਿਆ ਸੀ ਭਾਈ। ਅੱਛਾ ਜੀ, ਤੁਸੀਂ ਇੱਥੇ ਹੈ ਨਹੀਂ ਸੀ ਅਤੇ ਫਿਰ ਮੈਂ ਸਮਝਿਆ ਮੈਂ ਚੱਲ ਮੈਂ ਹੀ ਜਾ ਕੇ ਆਉਣਾ। ਚਲੋ ਕੋਈ ਨਾ, ਇੱਕੋ ਹੀ ਗੱਲ ਸੀ, ਹੁਣ ਮੈਂ ਉੱਥੇ ਜਾ ਆਇਆ। ਕੀ ਕਹਿੰਦੇ ਉਹ, ਕੋਈ ਗੱਲਬਾਤ? ਗੱਲਬਾਤ ਕੀ ਕਹਿਣੀ ਆ ਉਹਨਾਂ ਨੇ, ਪਹਿਲਾਂ ਤਾਂ ਤੂੰ ਮੈਥੋਂ ਸੁਣ ਵੀ ਉਹਨਾਂ ਦੀ ਕਰਤੂਤ ਕਹੀ ਜੀ ਹੈ। ਹਾਂ, ਜਦੋਂ ਮੈਂ ਗਿਆ ਉੱਥੇ, ਉੱਥੇ ਜੋ ਕੁਛ ਮੈਂ ਦੇਖਿਆ ਨਾ, ਜੇ ਤੂੰ ਦੇਖ ਲੈਂਦਾ ਤੂੰ ਵੀ ਉਹੀ ਗੱਲ ਕਰਦਾ ਉਹਨਾਂ ਨਾਲ। ਜਦੋਂ ਮੈਂ ਗਿਆ ਨਾ ਹਰਦੀਪ ਸਿਆ, ਉਹ ਨਸ਼ੇ ਦਾ ਡੱਕਿਆ ਬਿੱਜੂ ਵਰਗੇ ਮੂੰਹ ਵਾਲਾ ਮੁੰਡਾ ਜਿਹਾ ਬਾਹਰ ਆ ਗਿਆ। ਮੈਂ ਤਾਂ ਸੋਚਿਆ ਮੈਂ ਕਿਤੇ ਕੋਈ ਇਹਨਾਂ ਦੇ ਕੰਮ ਕਾਰ ਵਾਲਾ ਵਾ, ਕੋਈ ਰੱਖਿਆ ਰੁੱਖਿਆ ਹੋਇਆ ਹੈਗਾ। ਪਰ ਜਦੋਂ ਮੈਨੂੰ ਦੱਸਿਆ ਵੀ ਇਹ ਪ੍ਰਾਹੁਣਾ ਹੈ, ਮੇਰਾ ਤਾਂ ਇਹੋ ਜਿਹਾ ਮੂਡ ਖਰਾਬ ਹੋਇਆ ਵੀ ਬਸ ਇਹਦਾ ਚਾਰ ਮਾਰਾਂ ਗੋਤਣੀ 'ਚ ਹੁਣ ਜਿਹਨੇ ਰਿਸ਼ਤਾ ਕਰਾਇਆ। ਅੱਛਾ, ਕੱਲ੍ਹ ਵੀ ਡੱਕਿਆ ਫਿਰਦਾ ਸੀਗਾ? ਹੋਰ, ਕੱਲ੍ਹ ਵੀ ਡੱਕਿਆ ਫਿਰਦਾ ਸੀ। ਜਿੱਦੇ ਮੈਂ ਗਿਆ ਗਾ ਉਦੇ ਵੀ ਇਹੀ ਹਾਲ ਸੀ ਉਹਦਾ, ਝੂਲ ਝੂਲ ਕੇ ਤੁਰਦਾ ਸੀ, ਤੁਰਿਆ ਨਹੀਂ ਸੀ ਜਾਂਦਾ। ਪੁੱਠਾ ਸਿੱਧਾ ਬੋਲਿਆ ਮੈਨੂੰ ਬਥੇਰਾ ਵੀ ਠੀਕ ਆ ਚੱਲ ਮੈਂ ਚੁੱਪ ਕਰ ਗਿਆ ਵੀ ਨਵੀਂ ਰਿਸ਼ਤੇਦਾਰੀ ਆ, ਨਹੀਂ ਤਾਂ ਦੱਸ ਦਿੰਦੇ ਪਤਾ। ਉਹ ਇਹ ਤਾਂ ਹਰਦੀਪ ਸਾਹਿਬ ਤੂੰ ਹੀ ਹੈ ਜਿਹੜਾ ਉੱਧਰ ਚੁੱਪ ਕਰ ਗਿਆ। ਕੱਲ੍ਹ ਮੇਰੇ ਨਾਲ ਬੋਲਦਾ ਸੀ, ਮੈਂ ਤਾਂ ਦੋ ਮਾਰੇ ਮੂੰਹ 'ਤੇ, ਇਹ ਤਾਂ ਜੇ ਮੇਰੇ ਮੂਹਰੇ ਨਾ ਆਉਂਦੀਆਂ ਫਿਰ ਮੈਂ ਲਾਉਂਦਾ ਉਹਦੇ ਹੋਰ ਛਿੱਤਰ। ਬਚਾਤਾ ਮੈਥੋਂ ਕੱਲ੍ਹ ਉਹ, ਕੱਲ੍ਹ ਹੀ ਉਹਦੇ ਗਿੱਟੇ ਛਾਂਗਣ ਲੱਗਿਆ ਸੀ ਮੈਂ ਹੋਰ। ਚੱਲ ਵਧੀਆ ਹੋ ਗਿਆ, ਉਹ ਮੈਂ ਤਾਂ ਸ਼ਰਮ ਮਾਰ ਗਈ ਮੈਨੂੰ ਤਾਂ। ਮੈਂ ਅਗਲਾ ਕਹਿੰਦਾ ਯਾਰ ਪ੍ਰਾਹੁਣੇ 'ਤੇ ਹੱਥ ਚੱਕ ਲਿਆ। ਉਹ ਯਾਰ ਜਦੋਂ ਪ੍ਰਾਹੁਣਾ ਐਡੀਆਂ ਗਲਤੀਆਂ ਕਰੇ ਫਿਰ ਹੱਥ ਚੱਕਣਾ ਹੀ ਪੈਂਦਾ ਹੈਗਾ। ਚਲੋ, ਨਾਲੇ ਉਹ ਤਾਂ ਪ੍ਰਾਹੁਣੇ ਵਾਲੀ ਤਾਂ ਗੱਲ ਹੀ ਨਹੀਂ ਉਹਨਾਂ 'ਚ, ਬਿੱਜੂਆਂ 'ਚ ਕਾਹਦੇ ਪ੍ਰਾਹੁਣੇ ਨੇ ਉਹ। ਚੱਲ ਹੁਣ ਹੋਰ ਕੀ ਗੱਲਬਾਤ ਹੋਈ? ਹੋਰ ਕੀ, ਜਦੋਂ ਕੋਈ ਗੱਲਬਾਤ ਕਰਨੀ ਚਾਹੀਦੀ ਉਹ ਬੁੜੀ ਦੇਖ ਲੈ, ਜਿਵੇਂ ਮੰਗਤੇ ਕਹਿੰਦੇ ਹੁੰਦੇ ਨੇ। ਨਾਲੇ ਤਾਂ ਦੇਖ ਉਹਨਾਂ ਨੇ ਗਲਤੀ ਕਰੀ, ਕੁੜੀ ਆਪਣੀ ਕੁੱਟ ਕੇ ਇੱਥੇ ਭੇਜੀ, ਨਾਲੇ ਮੈਨੂੰ ਪਤਾ ਕੀ ਕਹਿੰਦੀ ਆ ਮੂਹਰੋਂ ਸਮਾਂ। ਐਂ ਤਾਂ ਕੀ ਸੀ ਵੀ ਆਪ ਇੱਥੇ ਆ ਕੇ ਗਲਤੀ ਮੰਨ ਕੇ ਜਾਂਦੇ। ਮੈਨੂੰ ਕਹਿੰਦੀ ਜੇ ਕੁੜੀ ਵਸਾਉਣੀ ਆ ਨਾ ਛੱਡ ਜਾਓ ਤਾਂ ਨਾਲ 5 ਲੱਖ ਰੁਪਈਆ ਹੋਰ। ਅੱਛਾ, ਕਿਉਂ ਦੇਖ ਲਿਆ? ਮੈਂ ਤਾਂ ਵੇਖ ਲਿਆ, ਪਰ ਮੈਂ ਤੁਹਾਡੀ ਗੱਲ ਨਾ ਬੋਲਦੀ ਚੰਗੀ ਨਹੀਂ ਲੱਗਦੀ। ਲਵਪ੍ਰੀਤ ਦਾ ਤਾਂ ਇੱਕੋ ਹੀ ਫੈਸਲਾ, ਉਹ ਕਹਿੰਦੀ ਮੈਂ ਨਹੀਂ ਜਾਣਾ ਹੁਣ ਉੱਥੇ। ਕੁੜੀਏ, ਜੇ ਤੂੰ ਪਹਿਲਾਂ ਬੋਲੀ ਹੁੰਦੀ ਨਾ ਤਾਂ ਗੱਲ ਇੱਥੋਂ ਤੱਕ ਪਹੁੰਚਣੀ ਨਹੀਂ ਸੀ, ਉਦੋਂ ਵੀ ਤੂੰ ਬੋਲਣਾ ਸੀ। ਇਹਨਾਂ ਨੇ ਰਲ ਕੇ ਸਾਰਿਆਂ ਨੇ ਗਲਤ ਕੰਮ ਕੀਤਾ, ਹਰਦੀਪ ਤੈਨੂੰ ਬਾਈ ਤੇਰੀ ਭੈਣ ਨੇ ਗਲਤ ਮਗਰ ਲਾਇਆ ਤੈਨੂੰ। ਮੈਂ ਤਾਂ ਆਪ ਪਛਤਾਉਣਾ ਗਾ, ਜੇ ਗਲਤ ਮਗਰ ਲਾਇਆ ਤਾਂ ਅੱਜ ਪਛਤਾਈ ਜਾਂਦੇ ਆ। ਤੇ ਨਾਲੇ ਤੈਨੂੰ ਐਂ ਪਤਾ ਜਿਹੜਾ ਤੁਸੀਂ 10 ਲੱਖ ਰੁਪਈਆ ਪਹਿਲਾਂ ਦੇ ਹੀ ਬੈਠੇ ਹੋ। ਮਾਮਾ ਜੀ, ਹਾਂ ਪੁੱਤ, ਮੈਨੂੰ ਨਹੀਂ ਪਤਾ ਤੁਸੀਂ ਆਪਸ ਵਿੱਚ ਕੀ ਗੱਲਾਂ ਕਰ ਰਹੇ ਸੀ ਕੀ ਨਾ। ਮੈਨੂੰ ਤਾਂ ਸਿਰਫ ਇਸ ਗੱਲ ਦਾ ਪਤਾ ਵੀ ਹੁਣ ਤੁਹਾਡੇ ਇਕੱਲਿਆਂ ਦੇ ਸਿਰ ਤੇ 2-2 ਜ਼ਿੰਦਗੀਆਂ ਖੜੀਆਂ ਨੇ। ਤੁਸੀਂ ਅੱਜ ਐਂ ਲਾ ਲਓ ਸਿਰਫ ਮੇਰੇ ਕਰਕੇ ਨਹੀਂ, ਆ ਮੇਰੀ ਭੈਣ ਕਰਕੇ ਵੀ ਆਏ ਹੋ, ਇਹਦੇ ਨਾਲ ਵੀ ਆਹੀ ਕੁਛ ਬਣਿਆ ਜਿਹੜਾ ਮੇਰੇ ਨਾਲ ਬਣਿਆ। ਪੁੱਤ, ਜੋ ਹੋ ਗਿਆ ਹੋ ਗਿਆ, ਪਰ ਹੁਣ ਜੋ ਫੈਸਲਾ ਤੁਹਾਡਾ ਮਾਮਾ ਕਰੂਗਾ ਉਹ ਤੁਹਾਡੇ ਹੱਕ 'ਚ ਅਤੇ ਸਹੀ ਕਰਕੇ ਜਾਊਗਾ। ਸਹੀ ਕਹਿੰਦਾ ਤੇਰਾ ਮਾਮਾ, ਮੈਂ ਵੀ ਪੁੱਤ ਤੁਹਾਡੇ ਨਾਲ ਹੈ। ਪਹਿਲਾਂ ਠੀਕ ਆ, ਅੱਖਾਂ ਦੇ ਉੱਤੇ ਪੱਟੀ ਵੱਜੀ ਵੀ ਸੀ, ਮੈਂ ਕਿਸੇ ਦੇ ਵਿਸ਼ਵਾਸ 'ਤੇ ਤੁਹਾਡੀ ਜ਼ਿੰਦਗੀ ਖਰਾਬ ਕਰਤੀ, ਹੁਣ ਮੈਂ ਤੁਹਾਡੇ ਨਾਲ ਹਾਂ ਧੀਏ। ਇਸ ਰਿਸ਼ਤੇ ਦੀ ਸ਼ੁਰੂਆਤ ਚਾਹੇ ਤੁਸੀਂ ਆਪਣੀ ਮਰਜ਼ੀ ਨਾਲ ਕੀਤੀ ਸੀ, ਪਰ ਇਸ ਰਿਸ਼ਤੇ ਦਾ ਅੰਤ ਮੈਂ ਆਪਣੀ ਮਰਜ਼ੀ ਨਾਲ ਕਰੂੰਗੀ। ਨਾ ਤਾਂ ਮੈਂ ਉਸ ਮੁੰਡੇ ਦੇ ਘਰ ਰਹਿਣਾ ਅਤੇ ਨਾ ਜੱਸੀ ਨੇ ਰਹਿਣਾ ਉੱਥੇ। ਦੂਜੀ ਗੱਲ, ਮੈਂ ਆਪਣੀ ਪੜ੍ਹਾਈ ਪੂਰੀ ਕਰਨਾ ਚਾਹੁੰਦੀ ਹਾਂ ਅਤੇ ਆਪਣਾ ਬਾਹਰ ਜਾਣ ਦਾ ਸੁਪਨਾ ਪੂਰਾ ਕਰਨਾ ਚਾਹੁੰਦੀ ਹਾਂ। ਦੇਖ ਪੁੱਤ, ਉਹ ਵੀ ਤੈਨੂੰ ਦੱਸਦਾ, ਤੂੰ ਮੇਰੀ ਗੱਲ ਸੁਣ ਪੁੱਤ। ਠੀਕ ਹੈ, ਤੇਰਾ ਫੈਸਲਾ ਹੋਊਗਾ, ਤੇਰੀ ਗੱਲ ਮੰਨੀ ਜਾਊਗੀ, ਪਰ ਇੱਕ ਵਾਰੀ ਹੈ ਨਾ ਆਪਾਂ ਅਗਲੇ ਨੂੰ ਫੋਨ ਕਰ ਦਈਏ। ਕੱਲ੍ਹ ਨੂੰ ਮੰਨ ਲਿਆ ਕੋਈ ਪੰਚਾਇਤ 'ਚ ਗੱਲ ਹੁੰਦੀ ਹੈ ਜਾਂ ਕਿਤੇ ਕੋਈ ਗੱਲ ਹੁੰਦੀ ਹੈ ਕੋਈ ਰਿਸ਼ਤੇਦਾਰੀ 'ਚ, ਅਗਲਾ ਆਪਾਂ ਨੂੰ ਇਹ ਨਹੀਂ ਕਹੂ ਵੀ ਇੱਕ ਵਾਰੀ ਸਾਨੂੰ ਦੱਸ ਦਿੰਦੇ। ਦੇਖ ਪੁੱਤ, ਹੱਥ ਬੰਨ ਕੇ ਹੈ ਵੀ ਇੱਕ ਵਾਰੀ ਅਸੀਂ ਫੋਨ ਕਰਾਂਗੇ, ਫਿਰ ਦੇਖਦੇ ਹਾਂ ਉਹ ਕੀ ਕਹਿੰਦੇ ਨੇ। ਮੈਨੂੰ ਤਾਂ ਤੁਹਾਡੀ ਹਾਲੇ ਤੱਕ ਵੀ ਇੱਕ ਗੱਲ ਦੀ ਸਮਝ ਨਹੀਂ ਆਉਂਦੀ। ਜੇ ਉਹਨਾਂ ਨੂੰ ਆਪਣੇ ਮੁੰਡੇ ਨੂੰ ਵਸਾਉਣ ਦੀ ਚਿੰਤਾ ਨਹੀਂ ਹੈਗੀ ਤਾਂ ਫਿਰ ਤੁਹਾਨੂੰ ਸਾਰਿਆਂ ਨੂੰ ਸਾਨੂੰ ਵਸਾਉਣ ਦੀ ਚਿੰਤਾ ਕਿਉਂ ਹੈ? ਤੁਸੀਂ ਕਿੰਨੇ ਕੁ ਗੇੜੇ ਮਾਰੋਗੇ ਉਹਨਾਂ ਦੇ ਪੈਰੀ ਹੱਥ? ਕਿਉਂ ਲਾ ਰਹੇ ਹੋ ਵੀ ਮੈਨੂੰ ਵਸਾ ਲਓ? ਜਿਹਨੇ ਮੈਨੂੰ ਵਸਾਉਣਾ ਹੋਇਆ ਨਾ ਉਹ ਆਪ ਇੱਥੇ ਚੱਲ ਕੇ ਆਊਗਾ। ਮੈਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਕਰਦੀ ਹਾਂ, ਨਾ ਤੁਸੀਂ ਉਹਨਾਂ ਦੇ ਪੈਰਾਂ 'ਚ ਡਿੱਗੋ। ਉਹਨਾਂ ਨੂੰ ਇਹ ਚੀਜ਼ ਦਾ ਅਹਿਸਾਸ ਨਾ ਕਰਾਓ ਵੀ ਤੁਸੀਂ ਕੁੜੀ ਵਾਲੇ ਹੋ।
नहीं पुत शायद तेरे मन च बहम है असी नहीं उत्थे जांदे सो वो इत्थे आउणगे जे उन्हां नूं लोड़ होई तां जे लोड़ होई तां आउणगे ना मामा जी तुसीं मेरे नाल शर्त ला लो उन्हां नूं मेरी कोई लोड़ नहीं जे उन्हां नूं लोड़ भी होई ना ਤਾਂ ਉਹ ਕੋਈ ਨਾ ਕੋਈ ਸ਼ਰਤ ਰੱਖਣਗੇ ਵੀ ਸਾਨੂੰ ਇੰਨੇ ਪੈਸੇ ਦੇ ਦਿਓ ਤੇ ਕੁੜੀ ਵਸਾ ਦਿਓ ਲਵਪ੍ਰੀਤ ਪੁੱਤ ਇੱਕ ਵਾਰੀ ਤੂੰ ਆਪਦੇ ਮਾਮੇ ਦੀ ਗੱਲ ਤਾਂ ਮੰਨ ਲੈ ਇਹ ਸਹੀ ਕਹਿੰਦਾ ਆਪਾਂ ਇੱਕ ਵਾਰੀ ਪੁੱਛ ਤਾਂ ਨਹੀਂ ਗਏ ਉਹਨਾਂ ਨੂੰ ਮਾਮਾ ਜੀ ਤੁਸੀਂ ਤਾਂ ਕੱਲ੍ਹ ਜਾ ਕੇ ਆਏ ਹੋ ਕੀ ਕਿਹਾ ਉਹਨਾਂ ਨੇ ਕਿਹੜਾ ਪੁੱਤ ਬੁਲਾ ਕੇ ਵੇਖ ਲੈਂਦੇ ਹਾਂ ਆ ਗਏ ਠੀਕ ਹੈ ਨਹੀਂ ਤਾਂ ਫਿਰ ਫੈਸਲਾ ਤੇਰੇ ਹੱਥ 'ਚ ਹੈਗਾ ਹੀ ਹੈਗਾ ਬੁਲਾਉਣ ਦੀ ਲੋੜ ਤਾਂ ਹੁੰਦੀ ਨਾ ਜੇ ਤੁਹਾਨੂੰ ਕਿਸੇ ਚੀਜ਼ ਦਾ ਪਤਾ ਨਾ ਹੁੰਦਾ ਤੁਸੀਂ ਕੱਲ੍ਹ ਗਏ ਤਾਂ ਹੈਗੇ ਸੀ ਕੁਛ ਕਿਹਾ ਵੀ ਹੋਣਾ ਮੈਨੂੰ ਮੇਰੇ ਬਾਰੇ ਉਹਨਾਂ ਨੂੰ ਕੁਛ ਲੈ ਕੇ ਉਹ ਪੁੱਤ ਤੇਰੇ ਸਾਹਮਣੇ ਹੀ ਕਰਾਂਗੇ ਇੱਥੇ ਗੱਲਾਂ ਜੋ ਉਹਨਾਂ ਨੇ ਕਹੀਆਂ ਤੇ ਨਾਲੇ ਪੁੱਤ ਮੇਰੀ ਗੱਲ ਸੁਣ ਇਹ ਤਾਂ ਜੋ ਹੋਊ ਹੋਊ ਜਿਹੜੀ ਗੱਲ ਤੂੰ ਪੜ੍ਹਨ ਵਾਲੀ ਤੇ ਬਾਹਰ ਜਾਣ ਵਾਲੀ ਕਹਿੰਦੀ ਸੀ ਤੈਨੂੰ ਬਾਹਰ ਮੈਂ ਭੇਜੂਆਂ ਖਰਚਾ ਮੈਂ ਕਰੂੰ ਤੇਰੀ ਪੜ੍ਹਾਈ ਦਾ ਖਰਚਾ ਵੀ ਮੈਂ ਕਰੂੰਗਾ ਸਾਰਾ ਤੇ ਨਾਲੇ ਤੇਰਾ ਤਾਇਆ ਉੱਥੇ ਪਹਿਲਾਂ ਹੈਗਾ ਤਾਂ ਹੈ ਮਾਮਾ ਜੀ ਗੱਲ ਉਹ ਨਹੀਂ ਹੈਗੀ ਸੁਪਨੇ ਤਾਂ ਮੇਰੇ ਤਾਂ ਪੂਰੇ ਹੋਣਗੇ ਜੇ ਮੈਂ ਉਸ ਬੰਦੇ ਤੋਂ ਦੂਰ ਰਹੂੰਗੀ ਜਦੋਂ ਤੱਕ ਮੈਂ ਉਸ ਘਰ 'ਚ ਦੁਬਾਰੇ ਚਲੀ ਗਈ ਨਾ ਮੇਰਾ ਕੋਈ ਸੁਪਨਾ ਨਹੀਂ ਪੂਰਾ ਹੋਣਾ ਪੁੱਤ ਮੇਰੀ ਗੱਲ ਸੁਣੋ ਹੁਣ ਜੋ ਵੀ ਹੋਊਗਾ ਨਾ ਸਾਰੇ ਤੇਰੇ ਹੀ ਸੁਪਨੇ ਪੂਰੇ ਹੋਣਗੇ ਔਰ ਤੇਰੇ ਹੀ ਫੈਸਲੇ ਹੋਣਗੇ ਬਸ ਆਹ ਇੱਕ ਵਾਰੀ ਹੈ ਜੇ ਮੇਰੇ ਫੈਸਲੇ ਹੋਣਗੇ ਤਾਂ ਫਿਰ ਤੁਸੀਂ ਉਹਨਾਂ ਨੂੰ ਇੱਥੇ ਬੁਲਾ ਕਿਉਂ ਰਹੇ ਹੋ ਉਹ ਪੁੱਤ ਕੇਰਾ ਆਪਾਂ ਸਰਪੰਚ ਮੈਂਬਰਾਂ ਦੇ ਸਾਹਮਣੇ ਸੱਚੇ ਹੋ ਜਾਈਏ ਕਹਿਣ ਦਾ ਭਾਵ ਇਹ ਹੈ ਕੱਲ੍ਹ ਨੂੰ ਆਪਾਂ ਨੂੰ ਇਹ ਨਹੀਂ ਕਹਿੰਦੇ ਵੀ ਤੁਸੀਂ ਸਾਨੂੰ ਦੱਸਿਆ ਕਿਉਂ ਨਹੀਂਗਾ ਰਹੀ ਗੱਲ ਵਾਰ ਦੀ ਅਤੇ ਪੜ੍ਹਾਈ ਦੀ ਮੈਂ ਵੀ ਸਹਿਮਤ ਹਾਂ ਇਸ ਗੱਲ 'ਚ ਜਿਵੇਂ ਤੇਰੀ ਮਰਜ਼ੀ ਹੋਈ ਜਿੱਥੋਂ ਤੱਕ ਪੜ੍ਹਨਾ ਪੜ੍ਹਨੀ ਜਿਹੜੇ ਦੇਸ਼ 'ਚ ਜਾਣਾ ਉੱਥੇ ਵਗ ਜਾਈ ਖਰਚਾ ਕਰ ਦਾਂਗੇ ਕੋਈ ਗੱਲ ਨਹੀਂ ਅਤੇ ਨਾਲੇ ਪੁੱਤ ਮੇਰੀ ਗੱਲ ਸੁਣੋ ਪਹਿਲਾਂ ਤਾਂ ਮੈਂ ਇਕੱਲਾ ਤੇਰੇ ਨਾਲ ਖੜਦਾ ਸੀ ਜਾਂ ਤੇਰੀ ਮਾਂ ਹੁਣ ਤਾਂ ਤੇਰਾ ਬਾਪ ਵੀ ਤੇਰੇ ਨਾਲ ਹੈਗਾ ਹਰਦੀਪ ਤੂੰ ਇਹਨੇ ਵੀ ਕਹਿਤਾ ਦੇਖ ਵੀ ਮੈਂ ਤੇਰੇ ਨਾਲ ਹਾਂ ਪਿਓ ਤਾਂ ਮੇਰਾ ਮੇਰੇ ਨਾਲ ਹੈ ਪਰ ਸ਼ਾਇਦ ਮੇਰਾ ਪਿਓ ਉਸ ਟਾਈਮ ਵੀ ਮੇਰੇ ਨਾਲ ਹੀ ਹੁੰਦਾ ਜਦੋਂ ਇਹੋ ਜਿਹਾ ਗੰਦਾ ਫੈਸਲਾ ਕੀਤਾ ਗਿਆ ਸੀ ਚਲੋ ਛੱਡੋ ਪਹਿਲਾਂ ਇਹ ਦੱਸੋ ਵੀ ਉਹ ਇੱਥੇ ਆਉਣਗੇ ਕਿਵੇਂ ਕੌਣ ਉਹਨਾਂ ਨੂੰ ਸੁਨੇਹਾ ਲਾਊਗਾ ਉਹ ਤਾਂ ਉਹਨਾਂ ਨੂੰ ਫੋਨ ਕੀਤਾ ਜਾਊਗਾ ਪਰ ਉਹ ਫੋਨ ਅਸੀਂ ਨਹੀਂ ਕਰਦੇ ਤੇਰੀ ਭੂਆ ਕਰੂਗੀ ਫੋਨ ਉਹਨਾਂ ਨੂੰ ਪਰ ਮੈਂ ਇੱਕ ਬੇਨਤੀ ਹੋਰ ਕਰਦੀ ਹਾਂ ਉਹਨਾਂ ਨੂੰ ਕਹਿ ਦਿਓ ਵੀ ਆਪਦੇ ਮਗਰਮੱਛ ਵਰਗੇ ਮੂੰਹ ਵਾਲੇ ਮੁੰਡੇ ਨੂੰ ਨਾ ਇੱਥੇ ਲੈ ਕੇ ਆਉਣ ਉਹਨੂੰ ਇੱਥੇ ਬੁਲਾਉਂਦਾ ਹੀ ਕੌਣ ਹੈ ਉਹ ਤਾਂ ਪਹਿਲਾਂ ਕਹਾਂਗੇ ਵੀ ਭਾਈ ਮੁੰਡਾ ਨਾਲ ਨਾ ਆਵੇ ਗੱਲ ਤੁਸੀਂ ਇਕੱਲੇ ਨੇ ਆ ਕੇ ਕਰਨੀ ਹੈ ਜਿਹੜੇ ਦੋ ਬੰਦੇ ਤੁਹਾਡੇ ਨਾਲ ਆਉਂਦੇ ਆ ਉਹ ਆਉਣ ਦਿਓ ਪਰ ਮੁੰਡਾ ਨਾਲ ਨਾ ਆਵੇ ਚਲ ਕੋਈ ਨਹੀਂ ਤੁਸੀਂ ਬੈਠੋ ਮੈਂ ਲਿਆਉਣੀ ਉਹਨੂੰ ਬੁਲਾ ਕੇ ਹਾਂ ਫਿਰ ਤੁਸੀਂ ਕਹਿ ਦਿਓ ਜਿਵੇਂ ਬੁਲਾ ਕੇ ਲਿਆ ਦੇਖ ਹਰਦੀਪ ਪਹਿਲੀ ਗੱਲ ਤਾਂ ਬਈ ਤੇਰੀ ਗੱਲ ਵਿੱਚ ਆ ਜਿਹੜੇ ਹਿਸਾਬ ਨਾਲ ਉਹਦੀ ਕੱਲ੍ਹ ਦੀ ਹਾਲਤ ਦੱਸਦਾ ਤੂੰ ਜਿੱਦੇ ਮੈਂ ਗਿਆ ਸੀ ਉਹਦੇ ਦੀ ਆਉਣ ਵਾਲਾ ਹੈ ਨਹੀਂ ਆਊ ਕਿੱਥੋਂ ਉਹ ਯਾਰ ਉਹ ਤਾਂ ਮੰਗਤੇ ਨੇ ਉਹਨਾਂ ਨੂੰ ਪੈਸਿਆਂ ਤਿੱਕਰ ਮਤਲਬ ਹੈ ਉਹਨਾਂ ਨੂੰ ਕਿਸੇ ਰਿਸ਼ਤੇ ਨਾਤੇ ਤਿੱਕਰ ਕੋਈ ਮਤਲਬ ਨਹੀਂ ਜੋ ਮੈਂ ਦੇਖਿਆ ਕੱਲ੍ਹ ਉੱਥੇ ਹਰਦੀਪ ਸਿੰਘ ਜੇ ਤੂੰ ਦਾ ਆਪਾਂ ਜੱਸੀ ਬਾਰੇ ਵੀ ਸੋਚਣਾ ਅੱਜ ਮੇਰਾ ਫੈਸਲਾ ਹੋ ਜਾਊਗਾ ਕੱਲ੍ਹ ਨੂੰ ਬਸ ਜੱਸੀ ਦਾ ਫੈਸਲਾ ਹੋ ਜੇ ਕੋਈ ਨਾ ਪੁੱਤ ਇਹਨੂੰ ਇਹ ਕਿਹੜਾ ਸਿੱਟੀ ਹੈ ਆਪਾਂ ਨੂੰ ਇਹਦਾ ਵੀ ਕਰਾਂਗੇ ਇਹਦੇ ਵੀ ਸਿਰ ਤੇ ਹੱਥ ਹੈ ਆਪਣਾ ਕਿਉਂਕਿ ਸਾਡੇ ਦੋਹਾਂ ਦੀ ਜ਼ਿੰਦਗੀ ਦੀ ਕਸੂਰਵਾਰ ਤਾਂ ਭੂਆ ਹੈ ਨਾ ਜੇ ਉਹਨੂੰ ਸਜ਼ਾ ਮਿਲ ਗਈ ਬਸ ਐਂ ਸਮਝ ਲਿਓ ਸਾਨੂੰ ਦੋਹਾਂ ਨੂੰ ਇਨਸਾਫ਼ ਮਿਲ ਗਿਆ ਕੋਈ ਨਹੀਂ ਪੁੱਤ ਅਸੀਂ ਤੁਹਾਡੇ ਨਾਲ ਆ ਦੋਨਾਂ ਦੇ ਕੋਈ ਚਲੋ ਅਸੀਂ ਦੇਖਦੇ ਹਾਂ ਫਿਰ ਭੂਆ ਕੀ ਕਹਿੰਦੀ ਹੈ ਤੁਸੀਂ ਬੈਠੋ ਠੀਕ ਹੈ ਦੇਖ ਯਾਰ ਦੇਖ ਹਰਦੀਪ ਸਿੰਘ ਫੁੱਲਾਂ ਵਰਗੀਆਂ ਕੁੜੀਆਂ ਸੀ ਰੋਲਤੀਆਂ ਸੌਰੀ ਨੇ ਉਹ ਬਾਈ ਤੇਰੇ ਅੱਖਾਂ ਤੇ ਉਦੋਂ ਪੜਦਾ ਪਿਆ ਸੀ ਉਹ ਪਾਇਆ ਤੇਰੀ ਭੈਣ ਨੇ ਪਰ ਹੁਣ ਮੈਂ ਤੈਨੂੰ ਇੱਕ ਗੱਲ ਕਹਿਣਾ ਦੇਖ ਰਿਸ਼ਤੇ ਨਾਤਿਆਂ 'ਚ ਤੂੰ ਵੀ ਨਾ ਉਲਝ ਜੀ ਕਿਤੇ ਆਪਦੀ ਭੈਣ ਦੇ ਰਿਸ਼ਤੇ ਨਾਤਿਆਂ 'ਚ ਉਲਝ ਜੇ ਤੇ ਫੈਸਲਾ ਤੂੰ ਹੋਰ ਲੈਣੇ ਹੁਣ ਸਖਤੀ ਨਾਲ ਫੈਸਲਾ ਲੈਣਾ ਤੁਹਾਡਾ ਫੈਸਲਾ ਹੋਊਗਾ ਮੈਂ ਤਾਂ ਤੁਹਾਡੇ ਨਾਲ ਹਾਂ ਬਸ ਸਹਿਮਤ ਹਾਂ ਜੋ ਮਰਜ਼ੀ ਫੈਸਲਾ ਕਰ ਦਿਓ ਜਿਹੜੀਆਂ ਗਲਤੀਆਂ ਹੋ ਗਈਆਂ ਮੈਥੋਂ ਮੈਂ ਤਾਂ ਹੁਣ ਤੱਕ ਪਛਤਾਈ ਜਾਣਾਗਾ ਆ ਤੇਰੇ ਮੂਰੇ ਬੰਨੇ ਹੱਥ ਬਾਈ ਮੇਤੇ ਨਹੀਂ ਫੋਨ ਫਾਨ ਕਰ ਹੁੰਦਾ ਹੈਗਾ ਆਪਣਾ ਆਪੇ ਕਰ ਲਓ ਜਦ ਤੱਕ ਕਹਿੰਦੀ ਮੈਂ ਉੱਥੇ ਆਪਣੀ ਧੀ ਨਹੀਂ ਵਸਾਉਣੀ ਹੁਣ ਕਾਹਨੂੰ ਕਹਿੰਦੀ ਉਹਨਾਂ ਨੂੰ ਫੋਨ ਕਰ ਲਓ ਫੋਨ ਤਾਂ ਤੈਨੂੰ ਉੱਥੇ ਕਰਨਾ ਪਊਗਾ ਨਾਲੇ ਧੀ ਵਸਾਉਣ ਦੀ ਗੱਲ ਨਹੀਂ ਮੈਂ ਉੱਥੇ ਕਰਨੀ ਮੈਂ ਤਾਂ ਇੱਕ ਪਾਸਾ ਕਰਨਾ ਜਾਂ ਇੱਧਰ ਤੋਂ ਜਾਂ ਉੱਧਰ ਫਿਰ ਕਰ ਲਓ ਫਿਰ ਮੈਂ ਨਹੀਂ ਵਿੱਚ ਆਉਣਾ ਹੈਗਾ ਹੁਣ ਕਰ ਲਓ ਉਹਨਾਂ ਨੂੰ ਫੋਨ ਜਿਹੜੀ ਗੱਲ ਕਰਨੀ ਆ ਕਰ ਲਓ ਤੁਸੀਂ ਕਿਉਂ ਹੁਣ ਕਿਉਂ ਨਹੀਂ ਵਿੱਚ ਆਉਣਾ ਉਹ ਤਾਂ ਬਥੇਰਾ ਭੱਜ ਭੱਜ ਕੇ ਮੂਹਰੇ ਹੁੰਦੀ ਸੀਗੀ ਹੁਣ ਤੂੰ ਵਿੱਚ ਨਹੀਂ ਆਉਣਾਗਾ ਨਾਲੇ ਤਾਂ ਤੂੰ ਕਹਿੰਦੀ ਸੀ ਮੇਰੀ ਉੱਥੇ ਇੰਨੀ ਚੱਲਦੀ ਹੈਗੀ ਲੱਗ ਜੂ ਪਤਾ ਹੁਣ ਤੇਰੀ ਕਿੰਨੇ ਕੁ ਮੰਨਦੇ ਆ ਉਹ ਹਾਂ ਚੱਲਦੀ ਆ ਉੱਥੇ ਤਾਂ ਮੇਰੀ ਜਿਵੇਂ ਤੁਸੀਂ ਮੇਰੀ ਬੇਕਦਰੀ ਕਰੀ ਆ ਉਹ ਨਹੀਂ ਕਰਨ ਵਾਲੇ ਹੈਗੇ ਲੈ ਜੇ ਆ ਗੱਲ ਨਾ ਮੈਂ ਕਰਦੀ ਆ ਫੋਨ ਆ ਜਾਣਗੇ ਦੁਪਹਿਰ ਤੱਕ ਮੇਰਾ ਕਹਿਣਾ ਨਹੀਂ ਮੋੜਦੇ ਹੋ ਬੇਕਦਰੀ ਅਸੀਂ ਨਹੀਂ ਕੀਤੀਗੀ ਤੂੰ ਆਪਦੇ ਆਪ ਕਰਵਾਈ ਹੈ ਆ ਜਵਾਕੜੀਆਂ ਦੀ ਜ਼ਿੰਦਗੀ ਤਬਾਹ ਕਰਕੇ ਰੱਖਤੀ ਤੂੰ ਕਹਿੰਦੀ ਮੇਰੀ ਕੁੜੀ ਦੀ ਜ਼ਿੰਦਗੀ ਤਬਾਹ ਕਰਤੀ ਕੋਈ ਗੱਲ ਨਹੀਂ ਦੇਖ ਲੂੰਗੀ ਹੁਣ ਇਧਰੋਂ ਨਵੇੜਾ ਕਰ ਲਓ ਕਿੰਨਾ ਕੁ ਵਧੀਆ ਘਰ ਬਾਰ ਪਾਲੋਂਗੇ ਮੈਂ ਤੁਹਾਨੂੰ ਸਭ ਦੇਖ ਲੂੰ ਕੋਈ ਨਾ ਉਹਨਾਂ ਨੂੰ ਵੀ ਫੋਨ ਕਰ ਦਿੰਨੀ ਆ ਆ ਜਾਣਗੇ ਦੁਪਹਿਰ ਤੱਕ ਸਾਨੂੰ ਕੋਈ ਲੋੜ ਨਹੀਂ ਵੀ ਹੋਰ ਰਿਸ਼ਤਾ ਪਾਲਾਂਗੇ ਨਾ ਜੇ ਤੁਹਾਡੇ ਵਾਲੀ ਆਪਦੇ ਸੁਪਨੇ ਪੂਰੇ ਕਰ ਸਕਦੀ ਚੰਡੀਗੜ੍ਹ ਜਾ ਕੇ ਤੇ ਸਾਡੀ ਨਹੀਂ ਕਰ ਸਕਦੀ ਨਾਲੇ ਮੇਰੀ ਇੱਕ ਗੱਲ ਸੁਣ ਲਾ ਉਹਨੂੰ ਇਹ ਕਹਿ ਦੀ ਉਹ ਮੁੰਡੇ ਜਿਹਨੂੰ ਨਾਲ ਲੈ ਕੇ ਆਵੇ ਇਕੱਲੀ ਆਉਣਾ ਆ ਜਾਏ ਜਾਂ ਉਹਦੇ ਕੋਈ ਭੈਣ ਭਾਈ ਨੂੰ ਲਿਆਵੇ ਨਾਲ ਕੋਈ ਨਾ ਕਰ ਦਿੰਨੀ ਆ ਉਹ ਤਾਂ ਪਹਿਲਾਂ ਹੀ ਨਹੀਂ
जे असी निबेड़ा ना करना हुंदा घरे उन्हां नूं मैं भी नहीं वाड़दी सीगी। हरदीप साहिब सुनदा सी तैनू मेरी भैन नूं किवें बोलदी सी, तू गुस्सा ना करी कि तां मैथों तो हथरां चक्का जावे दो मारू मैं नाले धौण च। ਉਹ ਮਾਰ ਮੈਂ ਕਦੋਂ ਕਹਿਣਾਗਾ, ਜੇ ਕਰਤੂਤਾਂ ਖਾਣ ਦੀਆਂ ਤਾਂ ਖਾਊਗੀ ਇੱਕ ਦਿਨ, ਸੁਣੀ ਜਾਂਦਾ ਮੈਨੂੰ ਕਿਹੜਾ ਸੁਣਦਾ ਨਹੀਂ, ਹੁਣ ਕਿਵੇਂ ਬੋਲਦੀ ਆ। ਮੇਰਾ ਤਾਂ ਜੀ ਕਰਦਾ ਤਾਂ ਗਲਜਾ ਦੱਬਦਿਆਂ ਦੀ ਆਵਾਜ਼ ਹੀ ਬੰਦ ਕਰਦਿਆਂ, ਕਿਸੇ ਦਾ ਹੋਰ ਤਾਂ ਨਹੀਂ ਤੰਗ ਕਰੂ ਕਿਸੇ ਨੂੰ। ਇਹ ਫਿਰ ਵੀ ਚੂੰ ਚੂੰ ਕਰੀ ਜਾਊ ਚਾਹੇ ਜਿੰਨਾ ਮਰਜ਼ੀ ਗੱਲ ਦੱਬਣੀ, ਕੀ ਕਹਿੰਦੀ ਹੁਣ? ਕਹਿਣਾ ਕੀ ਹੈ, ਕਹਿੰਦੀ ਕਰ ਦਿੰਦੀ ਆ ਫੋਨ, ਕਿੰਨਾ ਕੁਛ ਤਾਂ ਬੋਲੀ ਜਾਂਦੀ ਸੀ ਤੇਰੇ ਸਾਹਮਣੇ। ਹੁਣ ਨਾ ਤੈਥੋਂ ਭੈਣੇ ਸਰਦਾ ਨਹੀਂ ਸੀਗਾ, ਮੈਂ ਤਾਂ ਬਥੇਰਾ ਕੁਛ ਕਿਹਾ ਬਾਈ, ਜਿੰਨਾ ਕੁ ਮੈਥੋਂ ਬੋਲਿਆ ਜਾਂਦਾ ਮੈਂ ਵੀ ਬੋਲੀ ਉਹਦੇ ਨਾਲ, ਨਾਲੇ ਉਹਨੂੰ ਮੈਂ ਇੱਕ ਗੱਲ ਕਹਿਤੀ ਵੀ ਉਹਨੂੰ ਕਹਿ ਦੇ ਮੁੰਡੇ ਜੇ ਨੂੰ ਨਾਲ ਨਾਲ ਲੈ ਕੇ ਆਵੇ, ਆਹਦਾ ਕੋਈ ਸਰੀਕੇ ਵਾਲਾ ਕੋਈ ਭੈਣ ਭਾਈ ਲੈ ਕੇ ਆਵੇ ਨਾਲ। ਹਾਂ ਹੱਕ ਤਾਂ ਸਰੀਕੇ ਦਾ ਜਾਂ ਭੈਣ ਭਾਈ ਦਾ ਕਿਸੇ ਦਾ, ਕੋਈ ਜਾਂ ਪਿੰਡ 'ਚ ਹੋਰ ਚਾਰ ਮੋਹਤਬਰ ਬੰਦੇ ਲੈ ਕੇ ਆਵੇ ਫੇਰ ਹੀ ਗੱਲ ਹੋਊਗੀ। ਜਿਹੜੇ ਹਿਸਾਬ ਨਾਲ ਬੋਲਬਾਣੀ ਆ ਮੈਨੂੰ ਤਾਂ ਨਹੀਂ ਲੱਗਦਾ ਉਹਦੇ ਨਾਲ ਕੋਈ ਤੁਰ ਪੂ ਪਿੰਡੋਂ। ਉਹ ਇਹੋ ਜਿਹੇ ਮਲੰਗਾਂ ਨਾਲ ਤੁਰਦਾ ਕੌਣ ਹੁੰਦਾ, ਤੂੰ ਕਿਹੜਾ ਆਉਣ ਦੇ ਤਾਂ ਸਹੀ, ਮੈਂ ਵੀ ਨਾ ਮਨ 'ਚ ਮਥੀ ਬੈਠਾ, ਜੇ ਮਾੜੀ ਮੋਟੀ ਵੀ ਐਸੀ ਵੈਸੀ ਗੱਲ ਕਰੀ ਨਾ ਦੇਖੀ ਇੱਥੇ ਰਗੜਾ ਲਾਉਂਦਾ ਮੈਂ ਉਹਨਾਂ ਨੂੰ ਗਿੱਟੇ ਛਾਂਗੂ ਮੇਰੇ ਸਾਲਿਆਂ ਦੇ। ਫਿਰ ਪਤਾ ਲੱਗੂਗਾ ਵੀ ਕਿਵੇਂ ਕਿਸੇ ਦੀ ਬਗਾਨੀ ਧੀ ਨੂੰ ਪਸਾਈ ਦਾ ਹੁੰਦਾ ਗਲਤ ਥਾਂ। ਉਹ ਗੱਲ ਸੁਣ, ਮੈਂ ਤਾਂ ਜੇ ਬਾਲਾ ਕਰੂਗੀ ਨਾ ਮੈਂ ਤਾਂ ਲਾ ਵੀ ਦਊ ਚਾਰ ਉਹਦੇ ਧੌਣ 'ਚ, ਪਰ ਇਹ ਮੇਰੀ ਭੈਣ ਨਹੀਂ ਹੈਗੀ ਕੁੱਟਮਾਰ ਕਰਨ ਵਾਲੀ, ਜੇ ਪਹਿਲੀ ਕੁੱਟਮਾਰ ਕਰਨ ਵਾਲੀ ਹੁੰਦੀ ਨਾ ਜਦੋਂ ਇਹੋ ਜਿਹਾ ਕੁਛ ਕਰਦੀ ਸੀ ਆ ਕੇ ਫੜ ਕੇ ਗੁੱਤੜੀ ਬਾਹਰ ਮਾਰਦੀ ਗੇਟ ਤੋਂ ਉਹਨੂੰ। ਬਾਈ ਜੇ ਮੈਨੂੰ ਐਂ ਪਤਾ ਹੁੰਦਾ ਮੈਂ ਤੈਨੂੰ ਨਾ ਰੋਕ ਲੈਂਦੀ, ਹੈਂ ਨਾਲੇ ਆ ਵਿਆਹ ਨਾ ਹੁੰਦਾ, ਜੇ ਤੂੰ ਘਰੋਂ ਗਿਆ ਤਾਂ ਫਿਰ ਵਿਆਹ ਹੋਇਆ। ਚੱਲ ਭੈਣੇ ਉਹ ਤਾਂ ਤੂੰ ਛੱਡ, ਉਹ ਫੋਨ ਫਾਨ ਕਰਿਆ ਕਿ ਨਾ ਉਹਨੇ? ਫੋਨ ਤਾਂ ਕਰਿਆ ਗਾ, ਉਹ ਆਉਂਦੀ ਆ ਤੁਰੀ, ਪੁੱਛ ਲਓ ਕੀ ਕਹਿੰਦੀ ਹੈਗੀ, ਆਉਣ ਦੇ ਨੂੰ ਪੁੱਛਦਾ ਮੈਂ ਚੰਗੀ ਤਰ੍ਹਾਂ। ਬਾਈ ਕਰਤਾ ਮੈਂ ਫੋਨ, ਕਹਿੰਦੇ ਆ ਜਾਂਦੇ ਆ, ਨਾਲੇ ਮੰਨਦੇ ਨਹੀਂ ਤੀ ਉਹ ਆਉਣ ਨੂੰ, ਕਹਿੰਦੇ ਅਸੀਂ ਨਹੀਂ ਕੁੜੀ ਵਸਾਉਣੀ ਹੈਗੀ। ਨਾ ਮੰਨਦੇ ਨਹੀਂ ਉਹ, ਡਿਊਟੀ ਲੱਗੇ ਨੇ ਮੇਰੇ ਸਾਲੇ, ਉਹ ਮੰਨਦੇ ਨਹੀਂ ਉਹ। ਬਸ ਦੋ ਕੁ ਜਾਣੇ ਆਉਣਗੇ, ਉਹਨਾਂ ਨਾਲ ਤੁਰੇ ਵੀ ਕੌਣ ਕੰਜਰਾਂ ਨਾਲ? ਬਾਈ ਮੇਰੀ ਗੱਲ ਸੁਣ ਲਾ, ਆਉਣਗੇ ਅਗਲੇ ਉਹਨਾਂ ਦੀ ਵੀ ਸੁਣ ਲਿਓ ਵੀ ਕੁੜੀ ਨੇ ਉੱਥੇ ਕੀ ਕੁਛ ਕਰਿਆ ਏ, ਹਾਂ ਤੇ ਆਪਣੀਆਂ ਹੀ ਉਹ ਕਰੀ ਜਾ। ਤੈਨੂੰ ਸ਼ਰਮ ਨਹੀਂ ਆਉਂਦੀ ਹਜੇ? ਐਂ ਕਹਿੰਦੀ ਕੁੜੀ ਨੇ ਕੀ ਕੁਛ ਕੀਤਾ, ਉਹ ਸ਼ਰਮ ਨਾ ਸਮ, ਤੇਰੀ ਭਤੀਜੀ ਆ ਉਹ, ਉਹਨੂੰ ਕਹਿਣੀ ਹੈਗੇ ਨਾ ਮੈਂ ਕਾਹਨੂੰ ਸ਼ਰਮ ਮੰਨੂਗੀ। ਬਹਿ ਜਾ ਹੁਣ ਤੇਰੀ ਦੇਖ ਲੂੰਗੀ ਫਿਰ ਕਰਦੀ ਕਿੱਥੇ ਕਰਦਾ, ਨਵੇੜ ਲਈ ਉਹਨਾਂ ਨੇ ਤਾਂ ਰੱਖਣੀ ਨਹੀਂ ਹੁਣ। ਉਹ ਰੱਖਣੀ ਨਹੀਂ ਅਸੀਂ ਉਹਨਾਂ ਦੇ ਕੰਜਰਾਂ ਦੇ ਤੋੜਦੇ ਕਿੱਥੋਂ ਆ, ਨਾਲੇ ਜਿਹੜਾ ਤੂੰ ਕੰਮ ਕੀਤਾ ਨਾ ਉਹ ਤੋੜਨ ਜੋਗਾ ਹੈ ਹੀ ਨਹੀਂ। ਜ਼ਿਆਦਾ ਹੀ ਉਹ ਬੋਲੀ ਕੀ ਹੋਇਆ ਆ ਦੇਖ ਲੈ ਤੇਰੀ ਭੂਆ ਕੁੜੀਏ, ਮੈਨੂੰ ਨਹੀਂ ਹੁਣ ਜ਼ਿਆਦਾ ਬੋਲ ਹੁੰਦਾ ਮੇਰੇ ਤੋਂ ਵੀ, ਤੈਥੋਂ ਕਾਹਨੂੰ ਬੋਲ ਹੁੰਦਾ ਹੁਣ ਜ਼ਿਆਦੇ ਆ, ਹਾਂ ਤੈਥੋਂ ਬੋਲਿਆ ਵੀ ਨਹੀਂ ਜਾਂਦਾ ਗਾ, ਹਾਂ ਸਾਰਿਆਂ ਨੂੰ ਵੱਧ ਬੋਲਦੀ ਆ। ਬਥੇਰਾ ਹੋ ਗਿਆ ਵੀ ਹੁਣ ਸਾਰਾ ਟੱਬਰ ਮੇਰੇ ਨਾਲ ਲੱਗ ਗਿਆ, ਹੁਣ ਤਾਂ ਭੂਆ ਬਹੁਤ ਕੁਛ ਹੋ ਗਿਆ, ਹੁਣ ਤਾਂ ਮਾੜੀ ਮੋਟੀ ਸ਼ਰਮ ਮੰਨ ਲੈ। ਕਾਹਨੂੰ ਮੰਨ ਲੈ ਸ਼ਰਮ, ਇਹ ਮੇਰੀ ਗੱਲ ਸੁਣ ਲੈ, ਜੇ ਸਾਰਾ ਟੱਬਰ ਉਦੇ ਮੇਰੇ ਮਗਰ ਲੱਗ ਗਿਆ ਹੁੰਦਾ ਨਾ ਤਾਂ ਕੁੜੀ ਦੀ ਜ਼ਿੰਦਗੀ ਬਰਬਾਦ ਨਹੀਂ ਹੁੰਦੀ ਸੀ ਜਿਹੜੀ ਤੂੰ ਕਰਤੀ। ਚਲੋ ਕੋਈ ਨਾ ਮਾਮਾ ਜੀ, ਤੁਸੀਂ ਬੈਠੋ ਬੈਠੋ, ਬੈਠਦਾ ਬਾਈ ਹੁਣ ਮੈਂ ਵੀ ਨਹੀਂ ਜ਼ਿਆਦਾ ਬੋਲਣਾ ਤੁਹਾਡੇ ਨਾਲ। ਉਹ ਨਾ ਬੋਲ, ਜਾ ਦਬਾ ਜਾ, ਨਹੀਂ ਬੋਲਣਾ ਇਹਨੇ, ਦਬਾ ਜਾ ਬਾ। ਮਾਮਾ ਇਹਨੂੰ ਕਹਿਣ ਦਾ ਕੋਈ ਫਾਇਦਾ ਨਹੀਂ, ਗਦੇ ਅੱਗੇ ਵੀਰ ਵਜਾਉਣ ਦਾ ਕੀ ਫਾਇਦਾ, ਹੁਣ ਜਦੋਂ ਹੋਣਗੇ ਉਦੋਂ ਗੱਲ ਕਰ ਲਿਓ। ਚੱਲ ਕੋਈ ਨਾ ਕੁੜੀਏ, ਆਉਣ ਦੇ। ਕੌਣ ਆਊਗਾ? ਆਪ ਉਹਨੂੰ ਵੜਨ ਦੇ ਸੀ, ਜੇ ਆ ਵੀ ਗਿਆ ਟੰਗਾਂ ਤੋੜ ਦੂੰ। ਐਂ ਤਾਂ ਪੁੱਤ ਮੈਂ ਇਹਨੂੰ ਕਹਿਤਾ ਸੀਗਾ ਵੀ ਮੁੰਡੇ ਨੂੰ ਰੋਕ ਦੀ, ਉਹ ਨਾ ਆਵੇ ਇੱਥੇ। ਉਹ ਹਜੇ ਆਉਣ ਜੋਗੇ ਰਹਿਣਗੇ ਉਹ? ਪਹਿਲੀ ਗੱਲ ਤਾਂ ਉਹਨਾਂ ਦੇ ਨਾਲ ਹੀ ਨਹੀਂ ਕਿਸੇ ਨੇ ਤੁਰਨਾ, ਮੈਨੂੰ ਪੱਕਾ ਹੀ ਪਤਾ ਹੈ। ਕੌਣ ਤੁਰਦਾ ਹੈ ਜਾਂ ਦੇ ਨਾਲ? ਉਹ ਮੈਂ ਨਾ ਉਦੇ ਕੱਲ ਦੇਖਿਆਗਾ, ਮੈਂ ਉਹਨਾਂ ਨੂੰ, ਉਹਨਾਂ ਦੇ ਬੜੂ ਕੌਣ ਸ਼ਰਾਬੀਆਂ ਦੇ। ਮੇਰੀ ਗੱਲ ਸੁਣ ਲਓ, ਜੇ ਉਹ ਬੁੜੀ ਜੀ ਬੜਾ ਬੋਲੀ ਨਾ ਮੈਂ ਸੱਚੀ ਸਾਰਾ ਸਾਹਮਣੇ ਤਾਂ ਗਲ ਘੋਟ ਦੂੰਗੀ, ਰੋਕਿਓ ਨਾ ਮੈਨੂੰ ਕੋਈ, ਜਮਾ ਨਹੀਂ ਹਟਾਉਂਦੇ, ਜਮਾ ਨਹੀਂ ਹਟਾਉਂਦੇ। ਹਾਂ ਜਿਹੜੇ ਉਹਨਾਂ ਨੇ ਮੇਰੇ ਥੱਪੜ ਤੇ ਲੱਤਾਂ ਮਾਰੀਆਂ ਨੇ ਨਾ ਉਹ ਮੈਨੂੰ ਕਦੇ ਨਹੀਂ ਭੁੱਲਦੀਆਂ। ਬੁੜੀ ਨੇ ਮਾਰੀਆਂ ਸੀ? ਕੋਈ ਨਾ ਫਿਰ ਆਉਣ ਦੇ, ਉਹਨੂੰ ਮੈਂ ਹੀ ਦੱਸੂ ਅੱਜ ਪਤਾ ਵੀ ਤੂੰ ਕੁੜੀ ਦਾ ਲੱਤਾਂ ਕਿਵੇਂ ਮਾਰੀਆਂ ਉਹ ਤੂੰ। ਚੱਲ ਕੋਈ ਨਹੀਂ, ਤੁਸੀਂ ਹੁਣ ਬਾਈ ਟੈਨਸ਼ਨ ਨਹੀਂ ਲਓ, ਚਾਹ ਬਣਾਉਣੀ ਹੈ, ਮੈਂ ਸਾਰੇ ਜਣੇ ਚਾਹ ਪੀ ਲਓ। ਚੱਲ ਕੁੜੀਓ, ਮਾਮੇ ਵਾਸਤੇ ਰੋਟੀ ਵੀ ਬਣਾਉਣੀ ਆ, ਜੋ ਰੋਟੀ ਬਣਾ ਦਿੰਦੇ ਬਣਾ ਦਿੰਦੇ ਆ ਜਾ, ਉਹਨਾਂ ਟਾਈਮ ਰੋਟੀ ਰੋਟੀ ਖਾ ਲਓ, ਫਿਰ ਤਾਂ ਉਹ ਗਲ ਚੋਂ ਕੱਢਣਗੇ ਹੀ, ਉਹ ਬੁਰਕੀਆਂ ਖੋਣ ਵਾਲੇ ਨੇ, ਖਵਾਉਣ ਵਾਲੇ ਨਹੀਂ ਹੈਗੇ। ਬੁਰਕੀਆਂ ਉਹਨਾਂ ਦੇ ਗਲ ਚੋਂ ਕੱਢ ਲੂੰ ਤੇਰਾ ਮਾਮਾ, ਹੁਣ ਉਹ ਟਾਈਮ ਗਿਆ, ਮੈਂ ਪਹਿਲਾਂ ਹੀ ਚੁੱਪ ਸੀ, ਬਸ ਉਹਦੇ ਜਿਹੜਾ ਮੈਂ ਚੁੱਪ ਕਰ ਗਿਆ, ਮੈਂ ਤਾਂ ਉਹੀ ਗਲਤੀ ਮੰਨਦਾ ਵੀ ਜੇ ਮੈਂ ਉਦੀ ਇੱਥੇ ਅੜ ਜਾਂਦਾ ਨਾ ਇਹੋ ਜਿਹਾ ਕੁਛ ਹੋਣਾ ਹੀ ਨਹੀਂ ਸੀਗਾ। ਕੋਈ ਨਾ, ਕਿੱਧਰ ਭੱਜਣਗੇ, ਗੁਨਾਹਾਂ ਦੀ ਸਜ਼ਾ ਤਾਂ ਉਹਨਾਂ ਨੂੰ ਮਿਲ ਕੇ ਰਹੂਗੀ। ਚੱਲ ਪੁੱਤ
तू टेंशन ना लै कोई ना हूँ देखते उन्होंने कितों कर जाते ने हो। मामा जी बड़ा उन्होंने पकाई मारन की लड़ नहीं बस मुद्दे से गल कर लियो जो भी वह चाहते हैं गल तो पुत मुद्दे की करा हूँ जिमें बोलन फिर वह जवाब भी दिता जाऊगा ना मैं पकाई नहीं मारदा मैं तो मेरे सड़े के छत्र मारू ना ला के सिरे लाओ गल गलती ठीक है बस गलती कराती है काले मूह वाली ने तेरी भैन ने कराती मैं आप कहना कराती जे मैं मगर लगे दे अज नीवी पा के बोलन जोगा नहीं है मैं किसी के मूहरे चल भाई जा सरदारा तू देखदा की बनता है कानू जम्मे यह जी भैन किसी दे बंदा भैन तो बिना ही सार ले डैने तू आप दियां भतीजियां दा घर ता छड़ दे लोकां दे ता पट दे लप्रीत मेरी गल सुनी तेरा तो हल हो जूगा अज तेरा तो वधिया खेड़ा छुट जूगा उन्हां नाल है ना पर मैं रह जूंगी मैनूं आई नहीं पता उत्थे तोर देना ऐ किवें तोर देणगी जदों मैं तेरे नाल नाले मेरा कली का खेड़ा नहीं छुटता खेड़ा मैं तेरा भी छुड़वाऊंगी बस तू बोली ना तू वेखदी जाई इन्हां दा बनदा की है सोडे रिश्तेदार तो वधिया ने साडे तो बेकार रिश्तेदार ने जम्मा आने भी नहीं हैगी तू अपने रिश्तेदारों चुकी टिंडियां लैनिया ने जेडे मेरे रिश्तेदार ने तेरे भी उही रिश्तेदार ने नाले ताए का तो मैं पता ही है बेचारे का किन्ना भोला है हाँ मनिया कि पहला ताया अपूआ वगर लग गया सीगा फिर की है हुण ना मैं अपने मामे नूं भेज दूंगी जदों मेरी गल सारी सॉल्व होगी ना फिर थोड़े घर भेजूंगी उस तो बाद तेरा भी हल कर दांगी तू ही ना घबराया कर आ देखी आप की शक्ल बनाई है तू सारा दिन चिंता च डुबी रहनी है मैनू तो कोई चिंता नहीं हैगी कुछ नहीं हुंदा यार लोकां दा की है नाले लोग तो उदों भी नहीं सी चंगा कहिंदे जदों आपां चंगीआं सी हुण कित्थों कह देणगे सही गल है मामे नूं भेज दी चंगा बापू नूं समझा दूंगा तू फिक्र ना करी नाले तेरे बापू नूं समझाउण दी की लोड़ है तेरा बापू आप ही सियाणा नाले तेरा जिहड़ा तारी नाल विआह करवाउण वाला सुपना सी उह वी तेरा हुण पूरा कर ही देवांगे तारी कहिड़ा मेरे नाल विआह करवाऊगा हुण लै लै हुण तूं मिंटां च बदल भी गई पहला तो जो नवा नवा विआह होया सी उदों भी तारी 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 लाई रखदी हुंदी सी हुण तां तेरे कोले मौका हैगा जस्सी नाले जे तेरा दिलों करदा होया तां करवा लूगा तेरे नाल विआह उह की पता हुण तैनूं ऐ हो जूगा विआह वी विआह रखी सी पहला मैं तां तेरे नाल चौड़ करदी आं तू मेरी गल सीरीयस ना लैके जा हुण आ विआह वाला शब्द ना अपनी जिंदगी च दुबारे आउणा नहीं चाहीदा तू देखी हुण आपां अपने सारे सुपने पूरे करांगे सही गल आ नाले मैं तैनूं अंग्रेजी भी तां सिखाया करूंगी कोई गल ना छेड़ी तारी दी किवें हुण चुप कर गई मैं सुन लगा छड़ियां गल्लां सारियां कुछ नहीं मां ओह तां असीं गल करदे सी मैं क्या मैं तैनूं अंग्रेजी सिखादा करूंगी नाले आपां पढ़िया करांगे चाहे मैनू गलत मलती सिखाउणी आउंदी है पर तेरे नालों तो वध ही आउंदी जस्सी अच्छा हुण तू आदी मां नूं झूठ बोलेगी है मैं सारा कुछ सुन लिया जस्सी वेख जदों तेरा इधरों निबड़ गया मैं तेरे प्यो नाल गल करके जिथे तू कहेगी तेरा विआह उत्थे करवा दूंगी तेरे बारे तो मैनूं पुत पहलां पता सीगा गल करवा आपणे तों उत्तों दी गल हो गई सी सारी हुण उह करवाउंदा ही नहीं मेरे नाल विआह की बताउणे होर विआह करवा लिया होवे नाले मां की लैणा सी ने विआह करवा के ਵਿਆਹ ਕਰਾ ਕੇ ਤਾਂ ਪਹਿਲਾਂ ਹੁਣ ਪਛਤਾ ਰਹੇ ਆ ਨਾਲੇ ਦੇਖੀ ਮੇਰੀ ਮਾਂ ਦਾ ਮਾਜ਼ਨਾ ਇਹਨੂੰ ਤੇਰੇ ਤੇ ਤਾਰੀ ਬਾਰੇ ਸਭ ਕੁਛ ਪਤਾ ਸੀ ਇਹਨੇ ਕਦੇ ਮੇਰੇ ਪਾਪੇ ਕੋਲੇ ਜਾਂ ਕਿਸੇ ਕੋਲੇ ਗੱਲ ਨਹੀਂ ਕੀਤੀ ਉਹ ਤਾਂ ਗਲਤੀ ਤੇਰੀ ਆ ਜਿਹੜਾ ਤੈਨੂੰ ਤਾਰੀ ਨਾਲ ਵੇਖ ਲਿਆ ਸੀ ਲਾਡੀ ਨੇ ਇੱਕ ਤਾਂ ਤੇਰੇ ਭਾਈ ਨੇ ਵੀ ਬਹੁਤ ਜਲਦਬਾਜ਼ੀ ਕੀਤੀ ਸੱਚੀ ਜੱਸੀ ਮੇਰੇ ਨਾਲ ਤਾਂ ਜਿਹੜਾ ਕੁਛ ਹੋਣਾ ਸੀ ਹੋ ਗਿਆ ਇੱਕ ਆ ਭੂਆ ਨੂੰ ਦੱਸ ਕੇ ਕਿਸੇ ਹੋਰ ਤੋਂ ਕਰਵਾ ਲੈਂਦੇ ਰਿਸ਼ਤਾ ਭੂਆ ਨੂੰ ਜ਼ਰੂਰੀ ਦੱਸਣਾ ਸੀ ਜੱਸੀ ਆ ਬੇੜੀਆਂ 'ਚ ਬੱਟੇ ਤਾਂ ਤੇਰੀ ਭੂਆ ਨਹੀਂ ਪਾਏ ਆ ਸਾਰੇ ਜਿਵੇਂ ਹੁਣ ਤੂੰ ਗੱਲ ਦੱਸੀ ਸੀ ਨਾ ਜੇ ਕਿਤੇ ਪਤਾ ਹੁੰਦੀ ਮੈਂ ਤਾਂ ਉਹਦੀ ਤਰ੍ਹਾਂ ਉਹਦੇ ਨਾਲ ਵਿਆਹ ਕਰ ਦਿੰਦੀ ਲੋੜ ਹੀ ਨਹੀਂ ਪੈਣੀ ਸੀਗੀ ਇਹਨੂੰ ਵਿੱਚ ਪਾਉਣ ਦੀ ਤੇਰੇ ਕੌਣ ਸੁਣਦਾ ਚਾਚੀ ਆ ਚੱਲਦੀ ਤਾਂ ਭੂਆ ਦੀ ਸੀ ਇੱਕ ਮੇਰਾ ਭਾਈ ਜਿਹੜਾ ਭੂਆ ਦੇ ਮੰਗਰ ਲੱਗ ਗਿਆ ਮਿੰਟਾਂ 'ਚ ਮੇਰਾ ਚੱਕ ਕੇ ਉੱਥੇ ਰਿਸ਼ਤਾ ਕਰਤਾ ਅਸੀਂ ਨਹੀਂ ਪਤਾ ਮੇਰੇ ਭਾਈ ਦੀ ਵੀ ਕਿਸੇ ਨਾਲ ਸੈਟਿੰਗ ਹੋਵੇ ਉਹਦੇ ਨਾਲ ਕਰਵਾ ਲਏ ਮੈਨੂੰ ਡੋਕ ਕੇ ਰੱਖਤਾ ਚੱਲ ਕੋਈ ਨਾ ਜੱਸੀ ਆ ਛੋਟੇ ਮੋਟੇ ਉਤਰਾਅ ਚੜ੍ਹਾਅ ਤਾਂ ਜ਼ਿੰਦਗੀ 'ਚ ਆਉਣੇ ਜ਼ਰੂਰੀ ਹੁੰਦੇ ਨੇ ਬੰਦੇ ਨੂੰ ਸਬਕ ਮਿਲ ਜਾਂਦਾ ਵੀ ਬਾਕੀ ਦੀ ਰਹਿੰਦੀ ਜ਼ਿੰਦਗੀ ਕਿਵੇਂ ਗੁਜ਼ਾਰਨੀ ਹੈ ਨਾਲੇ ਵਾਹਿਗੁਰੂ ਜੋ ਕਰਦਾ ਨਾ ਚੰਗਾ ਹੀ ਕਰਦਾ ਜੇ ਕੁਛ ਮਾੜਾ ਹੋ ਤਾਂ ਹੀ ਕੁਛ ਚੰਗਾ ਹੋ ਜੇ ਆਪਣੇ ਨਾਲ ਪਹਿਲੀ ਚੰਗਾ ਹੋ ਜਾਏ ਫਿਰ ਬਾਅਦ 'ਚੋਂ ਮਾੜਾ ਹੋ ਜਾਂਦਾ ਹਾਂ ਜੱਸੀ ਹਜੇ ਵੀ ਡੁੱਲੇ ਵੇਰਾ ਤਾਂ ਕੁਛ ਨਹੀਂ ਵਿਗੜਿਆ ਤੇਰਾ ਮੈਂ ਉੱਥੇ ਹੀ ਕਰੂੰ ਤਾਰੀ ਨਾਲ ਵਿਆਹ ਮੇਰਾ ਤਾਰੀ ਨਾਲ ਵਿਆਹ ਫਿਰ ਲਵਪ੍ਰੀਤ ਦਾ
ਅਮਨ ਨਾਲ ਲਵਪ੍ਰੀਤ ਨੇ ਮੈਨੂੰ ਕਦੇ ਗੱਲ ਦੱਸੀ ਨਹੀਂ ਮੈਂ ਤੈਨੂੰ ਕਿਹਾ ਮੈਂ ਉਹਦੇ ਨਾਲ ਵਿਆਹ ਕਰਾਉਣਾ ਉਹੀ ਬੋਲੀ ਜਾਂਦੀ ਜਿਹੜਾ ਕੁਛ ਮੂੰਹ ਚ ਆਉਂਦਾ ਨਾਲੇ ਸਾਡੀ ਕਿਹੜਾ ਆਪਸ ਚ ਕੋਈ ਗੱਲਬਾਤ ਸੀ ਪਾਗਲ ਜੀ ਜੇ ਗੱਲਬਾਤ ਨਹੀਂ ਸੀ ਪਸੰਦ ਤਾਂ ਕਰਦਾ ਸੀ ਤੈਨੂੰ ਜੱਸੀ ਜੇ ਉਹ ਮੈਨੂੰ ਪਸੰਦ ਕਰਦਾ ਸੀ ਤਾਂ ਅਗਲਾ ਹੁਣ ਮੇਰੀ ਸਾਰੇ ਬੈਠਾ ਕੀ ਪਤਾ ਉਹਦਾ ਵੀ ਕਿਤੇ ਵਿਆਹ ਹੋ ਗਿਆ ਹੋਵੇ ਪਤਾ ਕਰ ਲਾਂਗੇ ਕੋਈ ਨਹੀਂ ਪਤਾ ਕਿਹੜਾ ਆਪਣਾ ਇਧਰੋਂ ਨਿਬੜਨ ਦਿਓ ਤੁਸੀਂ ਪਹਿਲਾਂ ਆਪਦੀ ਪੜ੍ਹਾਈ ਪੂਰੀ ਕਰੋ ਫਿਰ ਉਦੋਂ ਬਾਅਦ ਜਿਹੜਾ ਤੁਹਾਡਾ ਸੁਪਨਾ ਬਾਹਰ ਜਾਣ ਦਾ ਨਾ ਉਹ ਪੂਰਾ ਕਰੋ ਜਿਹੜੀ ਗੱਲ ਹੈਗੀ ਨਾ ਉੱਤੇ ਆਓ ਪੁਆਇੰਟ ਤੇ ਆਓ ਕੀ ਵਿਆਹ ਵਿਆਹ ਲਈ ਹੈ ਸਾਰੀ ਉਮਰ ਵਿਆਹ ਹੀ ਰਹਿਣਾ ਵਿਆਹ ਹੋ ਗਿਆ ਜਵਾਕ ਹੋ ਗਏ ਅੱਗੇ ਬੁੱਢੇ ਹੋ ਗਏ ਸਾਰੀ ਉਮਰ ਕੁੜੀ ਤੇ ਇਹੀ ਬੋਝ ਚੱਲੀ ਜਾਵੇ ਪਹਿਲਾਂ ਉਹਦੇ ਮਾਂ ਪਿਓ ਦਾ ਉਦੋਂ ਬਾਅਦ ਘਰ ਵਾਲੇ ਦਾ ਉਦੋਂ ਬਾਅਦ ਜਵਾਕਾਂ ਦੀ ਚੱਲਦੀ ਹੈ ਫਿਰ ਬੁਢਾਪੇ ਚ ਫਿਰ ਅੱਗੇ ਕਹਿੰਦੇ ਨੇ ਤੁਹਾਡਾ ਬੁਢਾਪਾ ਰੁਲ ਗਿਆ ਆਪਾਂ ਤਾਂ ਵਿਆਹ ਕਰਵਾਉਣਾ ਹੀ ਨਹੀਂ ਹੈਗਾ ਹੁਣ ਆਪਾਂ ਤਾਂ ਛੜੀਆਂ ਲਾਵਾਂਗੇ ਨਜ਼ਾਰੇ ਲਵਾਂਗੇ ਆਹੋ ਪਹਿਲਾਂ ਆਪਦੀ ਪੜ੍ਹਾਈ ਪੂਰੀ ਕਰੋ ਆਪਦੇ ਸੁਪਨੇ ਪੂਰੇ ਕਰੋ ਮਾਂ ਨਾਲੇ ਕੀ ਕਹਿੰਦੇ ਨੇ ਕਦੋਂ ਕਹਾਉਣਗੇ ਉਹ ਮੈਨੂੰ ਤਾਂ ਇਹ ਹੋ ਰਿਹਾ ਕਦੋਂ ਆ ਕੇ ਜਾਣਾ ਇੱਥੋਂ ਮੈਂ ਛੇਤੀ ਉਹਨਾਂ ਮੂਹਰੇ ਹੱਥ ਬੰਨਾ ਵੀ ਮੇਰੀ ਹੱਥ ਜੋੜ ਕੇ ਬੇਨਤੀ ਹੈ ਨਾ ਅਸੀਂ ਤੁਹਾਡੇ ਮੱਥੇ ਲੱਗੀਏ ਨਾ ਤੁਸੀਂ ਸਾਡੇ ਮੱਥੇ ਲੱਗੋ ਅਸੀਂ ਤੁਹਾਡੇ ਨਾਲ ਨਵੇੜਤਾ ਸੱਸ ਜੀ ਨੂੰ ਫੜੇ ਲਈ ਕੀ ਜੱਸੀ ਬਸ ਤੂੰ ਆਪਾਂ ਤਾਂ ਪੁੱਤ ਨਵੇੜਨਾ ਕਲੇਸ਼ ਨਹੀਂ ਅੱਗੇ ਵਧਾਉਣਾ ਗਾ ਸਮਾਂ ਦੇ ਆਪਣਾ ਨਿਬੜ ਜੂਗਾ ਅੱਜ ਵਧੀਆ ਗਾ ਫਿਰ ਵੀ ਮਾਸੀ ਪਤਾ ਤਾਂ ਲੱਗੇ ਉਹਨਾਂ ਨੂੰ ਵੀ ਸਾਡੇ 'ਚ ਦਮ ਹੈਗਾ ਦਮ ਤਾਂ ਪੁਲਿਸ ਵਾਲੇ ਦਿਖਾਉਣਗੇ ਨਿਬੜ ਤਾਂ ਐ ਵੀ ਸਕਦਾ ਸੀ ਪੰਚਾਇਤ ਚ ਪੁਲਿਸ ਵੀ ਕਿਸੇ ਕਾਰਨ ਹੀ ਬੁਲਾਈ ਹੈ ਅਸੀਂ ਨੇ ਤਾਂ ਬੁਲਾਈ ਹੈ ਇੱਕ ਤਾਂ ਆਪਣੇ ਪੈਸੇ ਦੱਬੇ ਨੇ ਜਿਹੜੇ ਉਹ ਕਢਵਾਵਾਂਗੇ ਨਾਲੇ ਇਹਨਾਂ ਤੇ ਬਣਦੀ ਕਾਰਵਾਈ ਵੀ ਤਾਂ ਹੋਊਗੀ ਕਿਸੇ ਕੋਲੇ ਵੀ ਹੱਕ ਨਹੀਂ ਹੁੰਦਾ ਆਪਦੇ ਘਰ ਵਾਲੀ ਤੇ ਬਿਨਾਂ ਫਾਲਤੂ ਹੱਥ ਚੱਕਣ ਦਾ ਉਹਨੂੰ ਹਰਾਸ਼ਮੈਂਟ ਕਰਨ ਦਾ ਦਾਜ ਮੰਗਣ ਦਾ ਸਹੀ ਗੱਲ ਹੈ ਮੈਂ ਤਾਂ ਇਹ ਗੱਲ ਕਹਾਉਣੀ ਹੈ ਵੀ ਸਜ਼ਾ ਮਿਲੀ ਉਹਨੂੰ ਤੇ ਪਤਾ ਲੱਗੇ ਵੀ ਕਿਸੇ ਦੀਆਂ ਧੀਆਂ ਭੈਣਾਂ ਨੂੰ ਕਿਵੇਂ ਤੰਗ ਕਰੀਦਾ ਗਾ ਪਰ ਉਹ ਸ਼ਰਾਬੀ ਜਿਹਾ ਜਿਹੜਾ ਘਰੇ ਆ ਉਹਦੇ ਵਾਸਤੇ ਹੁਣ ਪੁਲਿਸ ਸਪੈਸ਼ਲ ਘਰੇ ਜਾਊਗੀ ਉਹਨੂੰ ਚੱਕਣ ਹਾਂ ਉਹ ਤਾਂ ਆਪੇ ਬੁਲਾ ਲੂ ਪੁਲਿਸ ਉਹਨੂੰ ਉਹ ਤਾਂ ਭੱਜਿਆ ਫਿਰੂਗਾ ਜਦੋਂ ਉਹਦੀ ਮਾਂ ਨੂੰ ਲੈ ਕੇ ਮਾਂ ਫੇਰ ਪਈ ਆ ਮੂਹਰੇ ਹਜੇ ਗਈ ਨੀ ਪੂਰਾ ਦੂਰੋਂ ਸੁੱਤੀ ਪਈ ਆ ਉਹਦੀ ਜਾਣ ਚ ਤਾਂ ਗਈ ਨੀ ਦੂਰੋਂ ਨਾ ਕਿਉਂ ਤੈਨੂੰ ਕੀ ਦੁੱਖ ਹੋ ਗਿਆ ਮੇਰੇ ਜਾਣ ਦਾ ਵਗ ਜਾ ਪਈ ਉਰੋਂ ਹੁਣ ਹੋਰ ਕਿੰਨੇ ਘਰ ਪੱਟ ਕੇ ਜਾਏਗੀ ਹੁਣ ਨਾ ਮੁੰਡਿਆ ਉਦੋਂ ਤਾਂ ਕਹਿੰਦਾ ਸੀ ਮੇਰੀ ਭੈਣ ਦਾ ਰਿਸ਼ਤਾ ਕਰਵਾ ਦੇ ਮੈਂ ਤਾਂ ਮੇਰੀ ਭੈਣ ਨੂੰ ਬੁਲਾਉਣਾ ਜ਼ਿਆਦਾ ਹੀ ਬੋਲੀ ਜਾਂਦਾ ਹੁਣ ਕਹਿੰਦਾ ਲੈ ਇਹ ਵੀ ਇਹਨਾਂ ਦੀ ਬੋਲੀ ਬੋਲਣ ਲੱਗ ਗਿਆ ਮੈਨੂੰ ਸਭ ਪਤਾ ਹੈ ਹੁਣ ਸਭ ਦਾ ਇੱਕਾ ਹੋ ਗਿਆ ਇੱਕ ਉਹ ਬੈਠੀ ਆ ਚੁਗਲੀਆਂ ਵੱਢਦੀ ਆ ਆਈ ਹੋਈ ਆ 2 ਘੰਟੇ ਹੋ ਗਏ ਇਹਨਾਂ ਨੂੰ ਆਏ ਆ ਵੀ ਪਤਾ ਨਹੀਂ ਇਹ ਪਾਗਲੇ ਆ ਆਏ ਨਹੀਂ ਮੈਂ ਡਰਦੀ ਹੈਗੀ ਬੇ ਲਾਡੀ ਕਿਉਂ ਮੱਥਾ ਮਾਰੀ ਜਾਂਦਾ ਉਰੇ ਆ ਯਾਰ ਉਹ ਕਿੱਥੇ ਮੈਂ ਸੀ ਦਰਬੀ ਗੜ ਕੇ ਮੱਥੇ ਲੱਗ ਗਏ ਉਹਨੂੰ ਕੋਈ ਕੱਢਿਆ ਨਹੀਂ ਜਾਂਦਾ ਘਰ ਹਲੇ ਤੜਕੀ ਐ 2 ਵੱਜ ਰਹੇ ਨੇ ਉਹ ਮੈਨੂੰ ਤਾਂ ਫੇਰ ਹੀ ਲੱਗਦਾ ਮੈਂ ਉੱਠ ਗਿਆ ਜੀ ਹੁਣ ਆਪਣਾ ਜੱਸੀ ਤੈਨੂੰ ਬੁਲਾਉਣਾ ਆਈ ਸੀ ਤੈਨੂੰ ਵੋਟ ਪਾਉਣ ਭੇਜਿਆ ਸੀ ਉਰੇ ਆ ਕੇ ਬਹਿ ਗਈ ਹੈ ਮੈਥੋਂ ਕੀ ਬਈ ਗਾਹ ਛੜਾਉਣਾ ਹੈ ਮੈਂ ਤਾਂ ਉੱਥੇ ਆਉਂਗੀ ਹੁਣ ਨੇ ਬਈ ਮਾਂ ਰੋਟੀ ਭੁੱਖ ਲੱਗ ਰਹੀ ਸੀ ਰੋਟੀ ਬਣਾ ਦਿੱਤੀ ਸੀ ਸਵੇਰੇ ਉਹ ਤਾਂ ਠੰਡੀਆਂ ਹੋ ਰਹੀਆਂ ਨਵੀਆਂ ਬਣਾਉਣੀਆਂ ਤਾਂ ਮੈਨੂੰ ਐਂ ਦੱਸ ਜਦੋਂ ਇਹ ਸਹੁਰੇ ਗਈ ਸੀ ਉਦੋਂ ਰੋਟੀ ਕੌਣ ਬਣਾਉਂਦਾ ਸੀ ਉਦੋਂ ਵੀ ਤਾਂ ਡੰਗ ਸਾਰਦੇ ਸੀ ਉਦੋਂ ਤਾਂ ਜਦ ਸਰ ਜਾਂਦਾ ਸੀਗਾ ਹੁਣ ਮਾਂ ਚ ਲਾਲਚ ਜਾ ਉਰੇ ਵੀ ਚੱਲ ਬਣਾ ਦੂੰਗੀ ਤਾਜੀਆਂ ਫਿਰ ਬਣਾ ਦੂੰਗੀ ਕੋਈ ਨਹੀਂ ਇਹਨੂੰ ਬੈਠੀ ਰਹਿਣ ਦੇ ਇੱਥੇ ਰੋਟੀ ਬਣੀ ਵੀ ਉੱਥੋਂ ਪਾ ਕੇ ਆ ਹੁਣੇ ਬਣਾਈ ਸੀ ਸੱਚ ਮਾਸੀ ਨੇ ਮੇਰੇ ਡੈਡੀ ਵਾਸਤੇ ਵੀ ਪਕਾਉਣੀ ਸੀ ਵੀ ਉਹਦੇ ਵੀ ਲਾਇਆ ਪਾ ਕੇ ਤੂੰ ਤਾਏ ਵਾਸਤੇ ਟਿਫਨ ਚ ਪਾ ਕੇ ਲਿਆ ਜੋ ਮਾਂ ਪਾ ਕੇ ਦੇ ਹੋਰ ਕਿੱਥੇ ਇਹਦੀ ਪਕਾਈ ਕਿੱਥੇ ਕਰਾਉਣੀ ਹੈ ਜਵਾਕੜੀ ਦੀ ਮੈਂ ਤਾਂ ਨਹੀਂ ਆਉਂਗੀ ਹੁਣ ਹੱਥ ਨੇ ਕੀ ਤੂੰ ਉਰੀ ਰਿਹਾ ਕਰ ਹੋਰ ਕਰੇ ਜੀ ਤਾਂ ਲੱਗਦਾ ਨਹੀਂ ਮੇਰਾ ਇਹ ਤਾਂ ਬਾਹਰ ਵਗ ਜਾਂਦਾ ਸਵੇਰੇ ਰੋਟੀ ਪਕਾ ਕੇ ਸੰਦਿਆ ਕੰਮ ਨਿਬੇੜ ਕੇ ਫਿਰ ਹੱਥ ਨਾਲ ਹੀ ਆਪਦਾ ਉਰੀ ਆ ਗਈ ਉਰੀ ਸੌਂਗੀ ਮੇਰੇ ਲਵੇ ਚੰਗਾ ਫਿਰ ਆਪਾਂ ਕੈਨੇਡਾ ਦੇ ਗੜੇ ਵੀ ਤਾਂ ਇਕੱਠੇ ਲਾਇਆ ਕਰਾਂਗੇ ਹਾਂ ਇਹ ਮੈਨੂੰ ਵੀ ਲੈ ਜੀ ਕੈਨੇਡਾ ਕਿਤੇ ਇਕੱਲੀ ਵਗ ਜੇ ਤੈਨੂੰ ਓਏ ਮੈਨੂੰ ਕੋਈ ਕਹਿੰਦਾ ਵੀ ਨਹੀਂ ਹੈਗਾ ਵੀ ਇਹ ਵੀ ਕੈਨੇਡਾ ਵਗ ਜੇ ਤੈਨੂੰ ਅੰਗਰੇਜ਼ੀ ਘੱਟ ਆਉਂਦੀ ਆ ਨਾ ਸਿੱਖ ਜੂੰਗੀ ਚੱਲ ਮੈਨੂੰ ਐਂ ਬੋਲ ਕੇ ਦਿਖਾਈ ਦੇ ਅੰਗਰੇਜ਼ੀ ਵੀ ਮੈਂ ਕੈਨੇਡਾ ਜਾਣਾ ਚਾਹੁੰਦੀ ਹਾਂ ਐਂ ਮੈਂ ਸਿੱਖ ਜੂੰਗੀ ਐਂ ਤਾਂ ਤੈਨੂੰ ਕਹਿਣਾ ਨਹੀਂ ਆਉਂਦਾ ਤੂੰ ਉੱਥੇ ਕੀ ਕਹੇਗੀ ਆ ਗੱਲ ਤਾਂ ਕਹਿਣੀ ਸਿੱਖ ਵੀ ਮੈਂ ਕੈਨੇਡਾ ਜਾਣਾ ਚਾਹੁੰਦੀ ਹਾਂ ਸਿੱਖ ਜੂੰਗੀ ਇਹ ਹੌਲੀ ਹੌਲੀ ਇਹਦੀ ਅੰਗਰੇਜ਼ੀ ਹੁੰਦੀ ਹੈ ਇਹਦੀ ਅੰਗਰੇਜ਼ੀ ਹੁੰਦੀ ਹੈ ਸ਼ੀ ਗੋਜ਼ ਬਾਂਡ ਟੂ ਕੈਨੇਡਾ ਸ਼ੀ ਗੋਜ਼ ਬਾਂਡ ਟੂ ਕੈਨੇਡਾ ਹਾਂ ਸਿੱਖ ਗਈ ਸ਼ੀ ਗੋਜ਼ ਬਾਂਡ ਟੂ ਕੈਨੇਡਾ ਹੁਣ ਸਾਰਿਆਂ ਨੂੰ ਇਹੀ ਗੱਲ ਕਹਿਣੀ ਹੈ ਬੋਲ ਸ਼ੀ ਗੋਜ਼ ਬਾਂਡ ਟੂ ਕੈਨੇਡਾ ਪਰਫੈਕਟ ਹੁਣ ਬਣ ਗਈ ਨਾ ਗੱਲ ਹਾਂ ਚੱਲ ਹੁਣ ਤੇਰੇ ਵਾਸਤੇ ਵੀ ਲਿਆਉਣੀ ਰੋਟੀ ਪਾ ਕੇ ਖਾ ਲਈ ਦੁਪਹਿਰਾ ਹੋ ਰਿਹਾ ਚੱਲ ਲਿਆ ਦੇ ਮੈਂ ਤਾਂ ਪੈਂਦੀ ਹਾਂ ਥੋੜ੍ਹਾ ਟਾਈਮ ਆ